ਜੀਦਾ ਲੱਗ ਗਿਆ ਦਾਉ ਹਰਥਾ ਮੱਲੀ ਜਾਂਦੀ ਏ ਰੱਬ ਦੇ ਆਸਰੇ ਪਾਜੀ ਗੱਡੀ ਚੱਲੀ ਜਾਂਦੀ ਏ ਜ਼ਿੰਦਗੀ ਦੇ ਵਿੱਚ ਕਾਟੇ ਵਾਦੇ ਚੱਲਦੇ ਆਏ ਨੇ ਮਾੜਿਆਂ ਚੰਗਿਆਂ ਆਪੋ ਆਪਣੇ ਰੰਗ ਵਿਖਾਏ ਨੇ ਪਰ ਨਾਲ ਗਰੀਬਾਂ ਤੱਕੇ ਧਰਤੀ ਪੰਜਾਬ ਦੀ ਚੱਲੀ ਜਾਂਦੀ ਏ ਰੱਬ ਦੇ ਆਸਰੇ ਮਿੱਤਰੋ ਗੱਡੀ ਚੱਲੀ ਜਾਂਦੀ ਏ ਸਾਰੇ ਸਰੋਤਿਆਂ ਦਾ ਪੰਜਾਬੀ ਜੰਕਸ਼ਨ ਪ੍ਰੋਗਰਾਮ ਅਕਾਲ ਚੈਨਲ 'ਤੇ ਨਿੱਘਾ ਸਵਾਗਤ ਸਭ ਤੋਂ ਪਹਿਲਾਂ ਮੇਜਰ ਸਿੰਘ ਸੰਧੂ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਔਫਕੋਰਸ ਵੈਰੀ ਗੁੱਡ ਈਵਨਿੰਗ ਦੋਸਤੋ ਅੱਜ ਤੁਹਾਨੂੰ ਉਸ ਇੱਕ ਯੋਧੇ ਲੀਡਰ ਨਾਲ ਨੀਡਰ ਨਾਲ ਜਿਹਨੂੰ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਬੜਾ ਐਕਟਿਵ ਦੇਖਦੇ ਹੋ ਅਤੇ ਪੰਜਾਬੀਆਂ ਦੇ NRI ਦੇ ਸਪੈਸ਼ਲੀ ਹਰਮਨ ਪਿਆਰੇ ਨੇਤਾ ਵੀ ਨੇ ਸਾਰੇ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਮੇਰੀ ਮੁਰਾਦ ਜਨਾਬ ਸੁਖਪਾਲ ਸਿੰਘ ਖਹਿਰਾ ਖਹਿਰਾ ਸਾਹਿਬ ਤੁਹਾਡਾ ਪੰਜਾਬੀ ਜੰਕਸ਼ਨ ਪ੍ਰੋਗਰਾਮ ਅਕਾਲ ਚੈਨਲ ਦੇ ਉੱਤੇ ਨਿੱਘਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਭ ਨੂੰ ਮੈਂ ਫਤਿਹ ਅਰਜ਼ ਕਰਦਾ ਜੀ ਕੀ ਹਾਲ ਚਾਲ ਨੇ ਤੁਹਾਡੇ ਮੈਂ ਠੀਕ ਹੈ ਜੀ ਬਿਲਕੁਲ ਚੜ੍ਹਦੀ ਕਲਾ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਵੱਲੋਂ NRIs ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਪਲੱਥ ਤੋਂ ਤੁਸੀਂ ਆਪਨੇ ਕੈਂਡੀਡੇਟ ਡਿਕਲੇਅਰ ਬਹੁਤ ਸ਼ੁਕਰੀਆ ਤੁਹਾਡਾ ਔਰ ਸਭ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਸਾਰਿਆਂ ਦੀ ਸ਼ੁਭ ਕਾਮਨਾਵਾਂ ਨਾਲ ਸਾਰੇ ਵਿਸ਼ਵ 'ਚ ਬੈਠੇ ਪੰਜਾਬੀਆਂ ਦੀ ਸ਼ੁਭ ਕਾਮਨਾਵਾਂ ਨਾਲ ਹੀ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀਆਂ ਜਾਂਦੀਆਂ ਖੁਸ਼ ਹੋ ਤੁਸੀਂ ਇਹ ਤੋਂ ਕਿ ਕਿਤੇ ਹੋਰ ਕਈ ਵਾਰੀ ਹੁੰਦਾ ਹੈ ਮਾਈਂਡ ਕਿ ਮੈਂ ਕਿਤੇ ਹੋਰ ਹਾਲਾਤ ਤੋਂ ਜੇ ਲੜਦਾ ਤਾਂ ਜ਼ਿਆਦਾ ਬਿਹਤਰ ਪਲੱਥ ਨਾਲ ਸਾਡੀ ਬਹੁਤ ਪੁਰਾਣੀ ਕਮਿਟਮੈਂਟ ਹੈ ਜੀ ਜਿਹੜੇ ਲੋਕ ਜਾਣਦੇ ਨੇ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਹੋਣਾ ਨੂੰ ਪਹਿਲੀ ਇਲੈਕਸ਼ਨ ਉਹਨਾਂ ਨੇ 1972 ਵਿੱਚ ਲੜੀ ਸੀ ਮਤਲਬ ਆਲਮੋਸਟ ਅੱਧੀ ਸਦੀ ਦਾ ਜਿਹੜਾ ਸਾਡਾ ਕਨੈਕਸ਼ਨ ਹੈ ਉਹ ਪਲੱਥ ਦੇ ਨਾਲ ਬਹੁਤ ਡੂੰਘਾ ਕਨੈਕਸ਼ਨ ਹੈ ਸਵਾਲ ਸਿਰਫ ਰਾਜਨੀਤੀ ਵਿੱਚ ਕੇਵਲ ਜਿੱਤ ਹਾਰ ਦਾ ਨਹੀਂਗਾ ਸਵਾਲ ਤੁਹਾਡਾ ਕਮਿਟਮੈਂਟ ਕਿੱਦਾਂ ਦੀ ਲੋਕਾਂ ਦੇ ਨਾਲ ਆਪਣੇ ਕੌਂਸਟੀਟੂਐਂਸੀ ਨਾਲ ਆਪਣੇ ਇਲੈਕਟੋਰੇਟ ਦੇ ਨਾਲ ਸੋ ਉਹ ਜਿਹੜੀ ਕਮਿਟਮੈਂਟ ਸਾਡੀ ਬਹੁਤ ਡੂੰਘੀ ਹੈ ਉਸ ਨੂੰ ਮੈਂ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦਾ ਹਾਲਾਂਕਿ ਮੇਰੀ ਪਾਰਟੀ ਨੇ ਔਰ ਆਨਰੇਬਲ ਅਰਵਿੰਦ ਕੇਜਰੀਵਾਲ ਨੇ ਮੈਨੂੰ ਇਹ ਕਿਹਾ ਸੀਗਾ ਕਿ ਅਗਰ ਤੁਸੀਂ ਕਿਤੇ ਆਪਣੀ ਕੌਂਸਟੀਟੂਐਂਸੀ ਸ਼ਿਫਟ ਵੀ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚੋਂ ਤਾਂ ਤੁਸੀਂ ਸਿਲੈਕਟ ਕਰ ਸਕਦੇ ਹੋ ਲੇਕਿਨ ਮੇਰੇ ਮਨ ਵਿੱਚ ਸਦਾ ਪੁਲੱਥ ਜਿਹੜਾ ਸੀ ਉਹ ਨੰਬਰ 1 ਪ੍ਰਾਈਮ ਰਿਹਾ ਵਾ ਇਸ ਲਈ ਮੈਂ ਉਹ ਗੱਲਾਂ ਸੋਚੀਆਂ ਵੀ ਨਹੀਂ ਔਰ ਮੈਂ ਪੁਲੱਥ ਸਿਲੈਕਟ ਕੀਤਾ ਔਰ ਪਰਮਾਤਮਾ ਗੁਰੂ ਸਾਹਿਬ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋਵੇਗਾ ਸ਼ਾਇਦ ਬੀਬੀ ਜਗੀਰ ਕੌਰ ਕਰਕੇ ਤਾਂ ਨਹੀਂ ਕੀਤਾ ਬੀਬੀ ਜਗੀਰ ਕੌਰ ਤਾਂ ਮੈਂ ਇੰਨਾ ਫੋਕਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ 'ਚ ਅੱਜ ਬੇਤਹਾਸ਼ਾ ਪੱਖ ਦੇ ਮਸਲੇ ਨੇ ਜਿਹੜੇ ਅਰਸੇ ਤੋਂ ਲਟਕਦੇ ਆਉਂਦੇ ਨੇ ਲੋਕਾਂ ਦੇ ਚਾਹੇ ਉਹ ਸਿੱਖਿਆ ਦੀ ਗੱਲ ਕਰ ਲਓ ਚਾਹੇ ਸਿਹਤ ਸੇਵਾਵਾਂ ਦੀ ਗੱਲ ਕਰ ਲਓ ਬੇਰੁਜ਼ਗਾਰੀ ਦੀ ਗੱਲ ਕਰ ਲਓ ਨਸ਼ਿਆਂ ਦੀ ਗੱਲ ਕਰ ਲਓ ਅਰਾਜਕਤਾ ਦੀ ਗੱਲ ਕਰ ਲਓ ਵਪਾਰ ਡਿੱਗ ਗਿਆ ਕਰਜ਼ਾ ਵੱਧ ਗਿਆ ਇਹ ਜਿਹੜੇ ਬੇਸਿਕ ਇਸ਼ੂ ਸੀ ਪੰਜਾਬ ਦੇ ਉਹ ਜਿਉਂ ਦੇ ਤਿਉਂ ਲਟਕਦੇ ਬਲਕਿ ਗਿਰਾਵਟ ਆਈ ਹੈ ਪੰਜਾਬ ਦੀ ਰਾਜਨੀਤੀ 'ਚ ਇਸ ਲਈ ਮੈਂ ਇੰਡੀਵਿਜੁਅਲਸ ਤੋਂ ਹਟ ਕੇ ਜਗੀਰ ਕੌਰ ਨੂੰ ਤਾਂ ਵੈਸੇ ਵੀ ਉਹਨਾਂ ਨੂੰ ਅੱਜ ਸਜ਼ਾ ਯਾਫਤਾ ਲੀਡਰ ਨੇ ਉਹਨਾਂ ਨੂੰ 5 ਸਾਲ ਦੀ ਕੈਦ ਹੋਈ ਹੋਈ ਹੈ ਸ਼ੀ ਕੈਨੋਟ ਫਾਈਟ ਇਲੈਕਸ਼ਨਸ ਸੋ ਮੈਂ ਉਹਨੂੰ ਇਗਨੋਰ ਕਰਕੇ ਆਈ ਐਮ ਗੋਇੰਗ ਟੂ ਫੋਕਸ ਔਨ ਜਿਹੜੇ ਸਾਡੇ ਮੁੱਦੇ ਨੇ ਪੰਜਾਬ ਦੇ ਜਿਹਦੇ ਕਰਕੇ ਪੰਜਾਬ ਜਿਹੜਾ ਵਾ ਅੱਜ ਬਦਨਾਮ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿਰਮੌਰ ਸੂਬਾ ਸੀ ਇੰਡੀਆ ਦਾ ਨੰਬਰ 1 ਅੱਜ ਉਹਦੇ ਜਿਹੜੀ ਗਿਰਾਵਟ ਆਈ ਆਈ ਐਮ ਗੋਇੰਗ ਟੂ ਫੋਕਸ ਸ਼ੁਰੂ ਤੋਂ ਵੈਸੇ ਮੇਰਾ ਇਸ਼ੂ ਬੇਸਡ ਪੋਲੀਟਿਕਸ ਵੱਲ ਜ਼ਿਆਦਾ ਧਿਆਨ ਰਿਹਾ ਲੇਕਿਨ ਇਸ ਵਾਰ ਕਿਉਂਕਿ ਇਹ ਬਹੁਤ ਸੁਨਹਿਰੀ ਮੌਕਾ ਪੰਜਾਬ ਦੇ ਲੋਕਾਂ ਦੇ ਕੋਲ ਦੋਨੋਂ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਇੱਕ ਤੀਸਰੀ ਧਿਰ ਨੂੰ ਲਿਆਉਣਾ ਇਹ ਇੱਕ ਗੋਲਡਨ ਚਾਂਸ ਹੈ ਪੰਜਾਬ ਦੇ ਲੋਕਾਂ ਦਾ ਅਤੇ ਇਹ ਗੋਲਡਨ ਚਾਂਸ ਤੁਸੀਂ ਕਿਉਂ ਮੰਨਦੇ ਹੋ ਖਹਿਰਾ ਸਾਹਿਬ ਕਿ ਕਿਉਂ ਗੋਲਡਨ ਚਾਂਸ ਹੈ ਕਿਉਂਕਿ ਦਿੱਗਜ ਨੇਤਾ ਤਾਂ ਉੱਥੇ ਦੇ ਉੱਥੇ ਨੇ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਹੀ ਹੈ ਉਹਦੀ ਪਾਰਟੀ ਵੀ ਬੜੀਆਂ ਅੱਜ ਕੱਲ੍ਹ ਬਹੁਤ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਚੜ੍ਹਦੀਆਂ ਕਲਾਂ 'ਚ ਨੇ ਬਾਦਲ ਸਾਹਿਬ ਤੁਹਾਨੂੰ ਪਤਾ ਪੈਸੇ ਨਾਲ ਫੁੱਲੀ ਲੋਡਡ ਨੇ ਉਹ ਕਹਿੰਦੇ ਕਿ ਅਸੀਂ ਇਕੱਠਾ ਕਰਕੇ ਰੱਖਿਆ ਹੋਇਆ ਮਾਲ ਪੱਤਾ ਅਤੇ ਇਹ ਸਾਰੀਆਂ ਗੱਲਾਂ ਕਿ ਇਹ ਕਿਆਫੇ ਸਾਰੇ ਲੋਕਾਂ ਦੇ ਗਲਤ ਹੋ ਜਾਣੇ ਆ ਇਹ ਮੈਂ ਗੋਲਡਨ ਚਾਂਸ ਇਸ ਕਰਕੇ ਕਹਿੰਦਾ ਕਿਉਂਕਿ ਸਾਰੇ ਦੇਸ਼ ਦੀ ਰਾਜਨੀਤੀ ਵਿੱਚ ਮੈਂ ਇਕੱਲਾ ਪੰਜਾਬ ਨਹੀਂ ਕਹਿ ਰਿਹਾ ਸਾਰੇ ਦੇਸ਼ ਦੀ ਰਾਜਨੀਤੀ ਵਿੱਚ ਕਦਰਾਂ ਕੀਮਤਾਂ ਦਾ ਬਹੁਤ ਵੱਡਾ ਨਿਕਾਰ ਆਇਆ ਪਿਛਲੇ ਜਦੋਂ ਦਾ ਸਾਡੇ ਮੁਲਕ ਆਜ਼ਾਦ ਹੋਇਆ ਸ਼ੁਰੂਆਤ ਵਿੱਚ ਕੁਛ ਸੇਵਾ ਭਾਵਨਾ ਨਾਲ ਲੋਕਾਂ ਨੇ ਪੋਲੀਟਿਕਸ ਜੁਆਇਨ ਕੀਤੀ ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਖਾਸ ਤੌਰ 'ਤੇ ਮੈਂ ਜੇ ਕਹਿ ਦਿਆਂ 80 ਦੇ ਦਹਾਕੇ ਤੋਂ ਬਾਅਦ ਬਹੁਤ ਭਾਰੀ ਗਿਰਾਵਟ ਸਾਰੀ ਇੰਡੀਆ ਦੀ ਰਾਜਨੀਤਿਕ ਮਾਹੌਲ ਵਿੱਚ ਆਇਆ ਪੰਜਾਬ ਉਹਦਾ ਬਹੁਤ ਵੱਡਾ ਸ਼ਿਕਾਰ ਹੋਇਆ ਲੋਕਾਂ ਨੇ ਹੁਣ ਰਾਜਨੀਤੀ ਨੂੰ ਇੱਕ ਤਜਾਰਤ ਬਣਾਇਆ ਹੈ ਉਹਨਾਂ ਵਾਸਤੇ ਬਿਜ਼ਨਸ ਵੈਂਚਰ ਆ ਕਿੱਦਾਂ ਇਨਵੈਸਟਮੈਂਟ ਕਰਨੀ ਆ ਇਲੈਕਸ਼ਨਾਂ ਲੜ ਕੇ ਟਿਕਟਾਂ ਲੈ ਕੇ ਆਪਣੀ ਪਾਰਟੀ ਦੀ ਹਾਈ ਕਮਾਂਡਾਂ ਕੋਲੋਂ ਅਤੇ ਸੱਤਾ ਵਿੱਚ ਆਉਣ ਤੋਂ ਕਿੱਦਾਂ ਆਪਣੇ ਸੂਬੇ ਨੂੰ ਲੁੱਟਣਾ ਵਾ ਅਤੇ ਆਪਣੇ ਖਜ਼ਾਨੇ ਭਰਨੇ ਨੇ ਇਹ ਬਿਜ਼ਨਸ ਬਣ ਗਿਆ ਇੱਕ ਵਪਾਰ ਬਣਾ ਲਿਆ ਲੋਕਾਂ ਨੇ ਇਸ ਲਈ ਜਿਹੜਾ ਆਮ ਆਦਮੀ ਸੀ ਇਸ ਵਕਤ ਸਾਰੇ ਕੰਟਰੀ ਦਾ ਉਹ ਬਹੁਤ ਮਾਯੂਸ ਹੈ ਔਰ ਜਦੋਂ ਉਹਨਾਂ ਨੂੰ ਮਾੜੀ ਜਿਹੀ ਆਸ ਦੀ ਕਿਰਨ ਦਿਖੀ ਅਰਵਿੰਦ ਕੇਜਰੀਵਾਲ ਦੀ ਜੋ ਉਹਨਾਂ ਨੇ ਇੱਕ ਹਟ ਕੇ ਰਾਜਨੀਤੀ ਦਾ ਇੱਕ ਰਾਹ ਦਿਖਾਇਆ ਲੋਕਾਂ ਨੂੰ ਚਾਹੇ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਸੀ ਚਾਹੇ ਉਹ ਬੇਇਨਸਾਫੀ ਦੇ ਖਿਲਾਫ ਲੜਾਈ ਸੀ ਤਾਕਤਵਰ ਲੋਕਾਂ ਨਾਲ ਲੜਾਈ ਲੜਨ ਦਾ ਜਿਹੜਾ ਇੱਕ ਲੋਕਾਂ ਨੂੰ ਝਲਕ ਦਿਖੀ
कि आ एक आदमी तो आ एक पार्टी है जिहड़ी शायद साडे देश नूं ते साडे पंजाब नूं कोई तब्दीली लिया सकदी, इसलिए पंजाब वाले ने छेती गल नूं फड़िया वा। और चार मैंबर पार्लीमेंट उस वक्त जताए जदों बाकी इंडिया विच आम आदमी पार्टी नूं लोगों ने पछाण। सो मेरा यह गोल्डन चांस इस करके कहना कि रवायती सिस्टम तो रवायती लीडरां तो रवायती पार्टियां तो यह पहला मौका आया पंजाब दे विच जदों थर्ड अल्टरनेटिव एक बहुत मजबूत होकर उभरिया वा। पहला अज तो कभी लोगों को मौका ही नहीं मिलिया सीगा, वो डक्के डोले खांदे सी कि एक बार कांग्रेस एक बार अकाली एक बार कांग्रेस, और इन्हां लोगों को मजबूरी च सहिंदे सीगे, चाहे वह बादलों का टब्बर आ चाहे कैप्टन अमरिंदर सिंह आ चाहे ये लोग ने, उन्होंने ऑप्शन कोई नहीं से। इसलिए आई परसनली फील इट्स अ गोल्डन चांस एंड लोग इस पकड़नगे इस चांस। हाँ जी, मिस गोल्डन चांस नू मिस करना जड़ा काफ़ी खतरनाक हो सकता है। तो खेरा साहब, मेरे ख्याल तुसी वाजिब बंदे होंगे जे मैं दो चार गल्लां तुहानू पुछां कि आम करके जड़ी पंजाबी पंजाब सूबा है ये सिख डोमिनेटिंग स्टेट है, ठीक है जी, इंडिया की, तो हमेशा इनू धर्म नाल जोड़ के जितया गया, ठीक है जी, अजे तक। तो जदों भी एक्टिविटीज शुरू शुरू च आम आदमी पार्टी दी आपां ने देखियां वह तो ठीक सीगियां, पर हुण जदों इलैक्शन दे दिन नेड़े आंदे जांदे आ तो आम आदमी पार्टी भी दे भी कुछ एक लीडर गुरबाणी चो तुकां कढ़ कढ़ के गुरु साहबां दी एग्जाम्पलां दे दे के जां 84 दे दंगियां नूं बार बार रिपीट करा के दिल्ली दियां नूं जां हरिमंदर साहब दे अटैक नूं बार बार दबा के सिखां दियां वोटां तां बटोरना चाहुंदे आ। पर मेरा सवाल है कि मनोरिटी नूं किते ना किते सानूं इह लगदा है बाहर बैठिया नूं कि उधर ध्यान नहीं, क्योंकि असीं लंडन तों आ जिथे असीं सारे लोग रल मिल के रहिंदे आ, ऐसी स्टेटमेंट कदी भी कोई लीडर नहीं दिंदा जिहदे च मनोरिटी अनसेफ फील करे। तुसी ये चीज फील करदे हो? पंजाब दी मैनोरिटी दी गल करदे तुसी? पंजाब दी जिहड़े घट गिणती लोग ने, हाँ जी, तुसी कहा कि सिख डोमिनेटेड। हाँ जी, तुसी सिखां दा तां मतलब अंदाजा ला लिया आम आदमी पार्टी ने कि आ गल्लां आउण लग्गियां। इक तां साडी जिहड़ी पार्टी आ असीं सारे धर्मां दा सत्कार करदे आ, वी आर नॉट ट्राइंग टू गेन एनी पोलीटिकल माइलेज आउट ऑफ वन पर्टिकुलर रिलीजन। लेकिन ये कहन दे नाल नाल ये भी मैं कहना चाहुंदा वा कि सिखां ने अगर पंजाब दे विच बोलबाला नहीं होना, उन्होंने गल्लां सुनिया नहीं जानियां, उन्होंने मुद्दे उठने नहीं गए, और जो उन्हां नाल ज़्यादतियां तक्का होया उसनू हाईलाइट नहीं करना, तो फिर सिखां ने राजनीति कितने बिहार ते राजस्थान विच तां जाके करनी नहीं। इसलिए फोकस उन्हां ते जरूर, पर नाल नाल व्यापारियों का घट गिणतियां का बैकवर्ड क्लासिस का दलितों का अज की डेट में पंजाब ऑलमोस्ट 1/3 पॉपुलेशन दलित की है, वो मजहबी सिख भी ने, हिंदुओं की बहुत पॉपुलेशन। सो असी कोशिश करते कि सारिया के इशूज़ में लिया जाए, जिहड़ा साडी पार्टी मैनीफेस्टो बना रही है, अगर तुसी गौर करोगे असी नौजवानों का अलग बनाया, असी किसानों का अलग बनाया, असी नैक्सट 22-23 अक्टूबर शायद अरविंद केजरीवाल व्यापारियों का ट्रेड तो इंडस्ट्री का बना जा रहे हैं, असं उन्होंने गलों पर पूरा फोकस कर रहे हैं। वी कैनॉट से किसी उन्होंने इग्नोर करना, वो साढ़े बहुत सत्कारयोग एक वर्ग है, और उस तो बाद साड़ा दलित मैनीफेस्टो आएगा, उस तो बाद एक समुचा जनरल मैनीफेस्टो भी आएगा। इसलिए त कर रहे हैं कि कोई भी सैक्शन सोसायटी का यह महसूस ना करे कि असी सानू ये अखों परोखे किया जा रहा। बैकवर्ड क्लासेस में गल कर रहे थे, बहुत सारे सत्कारयोग लुबाणिया की वोट है, बहुत सारे सैनी भाईचारे की आ, बहुत सारे कंबोह भाईचारे की आ, रामगढ़िए सिंह ने अनेक बैकवर्ड क्लासेस मैं थोड़िया गिनाइया, बहुत सारिया पंजाब, असी सब का ध्यान रखा। तुसीं पार्टी की गल कर गए सारी, मैं कुछ एक लीडर की गल कर रहा हाँ, क्योंकि मैं काफ़ी फॉलो करदा पंजाब की सियासत नूं, तो हमेशा ही मतलब कि ज़्यादा सिख पक्षी, अगर इंडिविजुअल कोई गल प्रोपीगेट कर रहा वो साड़ी समझ में आती है, लेकिन मजबूरी तौर पर पार्टी की जिहड़ी नीति आ, पार्टी की जिहड़ी पॉलिसी आ, वो सारिया धर्मां सारिया वर्गां नूं नाल लैके चलन दी है। एक दूजी तरह के सानू खास करके NRIs नूं ये लगता है कि जदों भी कोई जनता नूं खिंचण वास्ते लैक्चर दिता जाता, चाहे वह तुहाडे दिल्ली दे सत्कारयोग CM अरविंद केजरीवाल होण, कई कई गल्लां सानू लोकां नूं तो अट्रैक्ट बहुत करदियां, उह तां जिंदाबाद दे नारे उसे वेले मारन लग जांदे, पर सानू कई गल्लां दे विच थोड़ा जिहा शक जिहा हुंदा, उह मैं तुहाडे नाल शेयर कर ही लवां कि जिवें मिसाल दे तौर ते, हाँ जी हाँ, मैं तुहानूं एग्जाम्पल देण लग्गिया कि अरविंद केजरीवाल जी कन्वीनर ने आम आदमी पार्टी दे जदों उह इत्थे आए सी, पेशी ते आए सी, इक वारी उहनां ने लोगों रीड किया कि काफ़ी हॉट चीज़ा सुनना चाहते, वो हिसाब नाल ने उन्होंने फीड किया, तो उन्होंने मूँह तो यह गल ज किसी होर लीडर से मतलब कि जो इंटलैक्चुअल बंद सामने जाती है फबदी नहीं, वो ये डायलॉग
कि आज मजीठिया को मैं कहना चाहता हूं कि 6 महीने इलेक्शन में हैं, या तो मुझे पकड़ के जेल में डाल दो या फिर मैं आऊंगा, मैं डाल के दिखाऊंगा। इहदे च कानून नाम की चीज रूल एंड रेगुलेशन स्टेट दे जां फिर नहीं, उहदे च लॉ एंड एनफोर्समेंट। उहदे च मैं अपने सारे व्यूअर्स नूं कहना चाहुंदा, तुसीं अच्छा इशू रेज कीता वा। ਇਹ ਉਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਪੋਲੀਟੀਕਲ ਸਟੇਟਮੈਂਟ ਵੀ ਹੈ ਅਤੇ ਕਮਿਟਮੈਂਟ ਵੀ ਹੈ, ਕਿਉਂਕਿ ਪੰਜਾਬ ਦੇ ਵਿੱਚ ਅਗਰ ਮੈਂ ਕਹਿ ਦਿਆਂ ਸਭ ਤੋਂ ਵੱਡੀ ਚੁਣੌਤੀ ਅੱਜ ਪੰਜਾਬ ਨੂੰ ਦਰਪੇਸ਼ ਹੈ ਅਤੇ ਉਹ ਨਸ਼ਿਆਂ ਦੀ ਲਾਹਨਤ ਆ। ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਆ, ਘਰਾਂ 'ਚ ਦੀਵੇ, ਲੱਖਾਂ ਘਰਾਂ 'ਚ ਦੀਵੇ ਬੁੱਝ ਰਹੇ ਨੇ। 21-21 22-22 ਸਾਲ, 25-25 ਸਾਲ ਦੇ, 30-30 ਸਾਲ ਦੇ ਮੁੰਡੇ ਬੱਚੇ ਨੌਜਵਾਨ ਨਸ਼ਿਆਂ ਕਰਕੇ ਮਰ ਰਹੇ ਨੇ। ਸੋ ਇਟਸ ਅ ਸੋਸ਼ਲ ਚੈਲੰਜ, ਇਟਸ ਨੋਟ ਓਨਲੀ ਇਹ ਕਿ ਇੱਕ ਮੁੱਦਾ ਵਾ ਪੰਜਾਬ ਦੇ ਵਿੱਚ ਚੋਣਾਂ ਦਾ, ਇਹ ਸਾਡੇ ਲਈ ਇੱਕ ਸਮਾਜਿਕ ਚੁਣੌਤੀ ਆ ਕਿ ਕੀ ਅਸੀਂ ਆਪਣੀ ਭਵਿੱਖ ਵਿੱਚ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾ ਸਕਾਂਗੇ। ਇਸ ਲਈ ਉਹਨਾਂ ਦੇ ਮਨ ਵਿੱਚ ਕੌਨਫੀਡੈਂਸ ਦੇਣਾ, ਪੰਜਾਬ ਦੇ ਲੋਕਾਂ ਦੇ ਮਨ ਵਿੱਚ ਕੌਨਫੀਡੈਂਸ ਦੇਣਾ। ਕੈਪਟਨ ਅਮਰਿੰਦਰ ਸਿੰਘ ਨੇ ਵੀ, ਤੁਸੀਂ ਯਾਦ ਕਰੋ ਕਿ ਬਠਿੰਡੇ ਦੀ ਰੈਲੀ ਵਿੱਚ ਗੁਟਕੇ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀਗੀ ਕਿ ਮੈਂ ਇੰਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰੂੰਗਾ। ਇਸ ਲਈ ਇਹ ਪੋਲੀਟੀਕਲੀ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਬਿਕਰਮ ਮਜੀਠੀਆ ਦਾ ਨਾਮ ਬਹੁਤ ਡੂੰਘਾਈ ਦੇ ਨਾਲ ਨਸ਼ਿਆਂ ਦੇ ਤਸਕਰਾਂ ਨਾਲ ਜੁੜਿਆ। ਇੰਟਰਨੈਸ਼ਨਲ ਡਰੱਗ ਮਾਫੀਆ ਇਹਨਾਂ ਦੇ ਘਰਾਂ ਦੇ ਵਿੱਚ ਆਉਂਦੇ ਸੀ, ਰਹਿੰਦੇ ਸੀ, ਲਾਲ ਬੱਤੀ ਦੀ ਗੱਡੀਆਂ 'ਚ ਘੁੰਮਦੇ ਸੀ, ਇਹਨਾਂ ਦੇ VIP ਸਾਰੀਆਂ ਸਹੂਲਤਾਂ ਮਾਣਦੇ ਸੀ। ਔਰ ਪੰਜਾਬ 'ਚ ਜਿਹੜਾ ਅੱਜ ਤੱਕ ਵੱਡਾ ਮਾਫੀਆ ਕੋਈ ਨਹੀਂ ਫੜਿਆ ਗਿਆ। ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ 25-30 ਹਜ਼ਾਰ, ਜਿੱਦਾਂ ਮੈਂ ਕਹਿੰਦਾ ਕਿ ਪੈਟੀ ਸਮਗਲਰਸ, 2-2, 4-4, 5-5 ਗ੍ਰਾਮ ਸਮੈਕ, ਹੀਰੋਇਨ, ਚਿੱਟਾ ਵੇਚਣ ਵਾਲੇ, ਜਾਂ ਜਿਹੜੇ ਗਰੀਬ ਲਾਚਾਰ ਬੱਚੇ ਜਿਹੜੇ ਨਸ਼ੇ 'ਤੇ ਲੱਗ ਚੁੱਕੇ ਸੀਗੇ, ਕਿਸੇ ਨੇ ਗ੍ਰਾਮ ਫੜ ਲਈ, ਕਿਸੇ ਕੋਲ 2 ਗ੍ਰਾਮ ਫੜ ਲਈ, ਇਹ ਜੇਲ੍ਹਾਂ ਤਾਂ ਸਾਰੀਆਂ ਸੁਖਬੀਰ ਬਾਦਲ ਨੇ ਭਰ ਦਿੱਤੀਆਂ, ਲੇਕਿਨ ਅੱਜ ਤੱਕ ਕਿਸੇ ਵੱਡੇ ਡਰੱਗ ਦੇ ਤਸਕਰ ਨੂੰ, ਮਾਫੀਆ ਨੂੰ ਹਾਲੇ ਤੱਕ ਪੰਜਾਬ ਪੁਲਿਸ ਅਤੇ ਗਵਰਨਮੈਂਟ ਨੇ ਹੱਥ ਨਹੀਂ ਪਾਇਆ। ਇਸ ਲਈ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਬਹੁਤ ਜ਼ਰੂਰੀ ਸੀਗਾ, ਔਰ ਇਹ ਸਟੇਟਮੈਂਟ ਉਹਦੀ ਕਮਿਟਮੈਂਟ ਵੀ ਆ। ਇਕੱਲਾ ਇਹ ਨਹੀਂਗਾ ਕਿ ਅਸੀਂ ਬਿਆਨ ਦਿੱਤਾ ਸੀ, ਕਮਿਟਮੈਂਟ ਖੈਰਾ ਸਾਹਿਬ ਹੋਰ ਤਰੀਕੇ ਨਾਲ ਵੀ ਹੋ ਸਕਦੀ ਸੀ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਦੋਸ਼ੀ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਜੋ ਬਣ ਸਕੇ। ਜਦੋਂ ਉਹ ਕਹਿੰਦੇ ਨੇ ਕਿ 6 ਮਹੀਨੇ ਦਾ ਟਾਈਮ ਦੇ ਰਹੇ ਨੇ, ਉਹਦਾ ਮਤਲਬ ਇਹੀ ਹੈ ਨਾ, ਉਹ ਤਾਂ ਸਰਕਾਰ ਆ ਜਾਣੀ ਹੈ, ਉਹਦਾ ਉਹਦਾ ਮਤਲਬ ਇਹ ਹੈ ਕਿ ਸਾਡੀ ਗਵਰਨਮੈਂਟ ਬਣਨ ਤੇ ਲੈਜੀਟਿਮੇਟ ਤਰੀਕੇ ਨਾਲ, ਜੋ ਕਾਨੂੰਨ, ਜੋ ਇਹਨਾਂ ਨੇ ਕਾਨੂੰਨ ਨੂੰ ਬਾਈਪਾਸ ਕੀਤਾ। ਤੁਸੀਂ ਯਾਦ ਕਰੋ ਨਾ, ਜਦੋਂ ਜਗਦੀਸ਼ ਭੋਲਾ ਨੇ ਇੱਕ ਮੋਹਾਲੀ ਦੀ ਅਦਾਲਤ ਵਿੱਚ ਬਿਆਨ ਦਿੱਤਾ ਸੀਗਾ, 6,000 ਕਰੋੜ ਦੇ ਡਰੱਗ ਤਸਕਰ ਨੇ, ਮੀਡੀਆ ਨੂੰ ਕਿਹਾ ਕਿ ਅਗਰ CBI ਦੀ ਜਾਂਚ ਹੋਵੇ ਤਾਂ ਮੈਂ ਬਿਕਰਮਜੀਤ ਮਜੀਠੀਆ ਸਮੇਤ ਵੱਡੇ ਵਜ਼ੀਰਾਂ ਦੇ ਨਾਮ ਦੱਸਣ ਨੂੰ ਤਿਆਰ ਹਾਂ। ਲੇਕਿਨ ਅੱਧੇ ਘੰਟੇ 'ਚ ਸੁਖਬੀਰ ਬਾਦਲ ਨੇ ਬਤੌਰ ਹੋਮ ਮਿਨਿਸਟਰ, DGP ਸੁਮੇਧ ਸੈਣੀ ਨੇ, ਔਰ ਸਾਰਿਆਂ ਨੇ ਬਿਆਨ ਦਿੱਤੇ ਕਿ ਜੀ ਇਹਦੀ ਤਾਂ ਕੋਈ ਲੋੜ ਹੀ ਨਹੀਂ, ਬਿਕਰਮ ਮਜੀਠੀਆ ਦੀ ਜਾਂਚ ਦੀ ਲੋੜ ਹੀ ਨਹੀਂ, ਅਸੀਂ ਕਲੀਨ ਚਿੱਟ ਦਿੰਦੇ ਹਾਂ। ਉਹ ਤਾਂ ਕਦੀ ਬਿਨਾਂ ਕਿਸੇ ਜਾਂਚ ਤੋਂ ਅੱਜ ਤੱਕ ਕਲੀਨ ਚਿੱਟ ਸੁਣੀ। ਔਰ ਇਹ ਕੋਈ, ਇਹ ਜਿਹੜਾ ਬਿਆਨ ਸੀਗਾ ਇਹ ਜਗਦੀਸ਼ ਭੋਲੇ ਦਾ ਸੀ, 6,000 ਕਰੋੜ ਦਾ ਵੱਡਾ ਐਕਿਊਜ਼ਡ। ਔਰ ਇਹਨਾਂ ਨੇ ਬਾਦਲ ਹੋਣਾ ਨੇ ਕਹਿਤਾ ਜੀ ਕਿ ਅਸੀਂ ਕਿਸੇ ਗੁਨਾਹਗਾਰ ਦੇ ਕਹਿਣ 'ਤੇ ਅਸੀਂ ਕਿਸੇ ਵੱਡੇ MLA ਅਤੇ ਮਿਨਿਸਟਰ ਨੂੰ ਥੋੜ੍ਹਾ ਫੜ ਸਕਦੇ ਹਾਂ, ਅਤੇ ਫਿਰ ਹੁਣ ਸਾਡਾ ਜਿਹੜਾ ਦਿੱਲੀਓਂ MLA ਚੁੱਕ ਕੇ ਲੈ ਕੇ ਆਈ ਪੰਜਾਬ ਪੁਲਿਸ, ਕੁਰਾਨ ਸ਼ਰੀਫ ਦੇ ਬੇਅਦਬੀ ਲਈ ਨਰੇਸ਼ ਯਾਦਵ, ਉਹ ਵੀ ਕਿਸੇ ਗੁਨਾਹਗਾਰ ਦੇ ਬਿਆਨਾਂ 'ਤੇ ਉਹਨੂੰ ਉਹਦੇ ਨਾਲ ਜੋੜਿਆ ਵਾ। ਇੱਕ ਆਦਮੀ ਫੜਿਆ ਗਿਆ ਵਿਸ਼ਵ ਹਿੰਦੂ ਪਰਿਸ਼ਦ ਦਾ, ਮੈਂ ਉਹਦਾ ਨਾਮ ਭੁੱਲ ਗਿਆ, ਵਿਨੇ ਚੌਧਰੀ ਕਿ ਸਮਥਿੰਗ, ਉਸ ਵਿਜੇ ਚੌਧਰੀ, ਉਸਨੇ ਬਿਆਨ ਦਿੱਤਾ ਪੁਲਿਸ ਨੂੰ, ਅਤੇ ਸਾਡਾ MLA ਚੁੱਕ ਕੇ ਲਿਆਉਂਦੀ, ਜਗਦੀਸ਼ ਭੋਲਾ ਬਿਆਨ ਦਿੰਦਾ ਵਾ ਅਤੇ ਉਹਨੂੰ ਕਲੀਨ ਚਿੱਟ ਦੇ ਦਿੰਦੇ। ਸੋ ਦੋਹਰੇ ਮਾਪਦੰਡ ਨੇ। ਸੋ ਡਰੱਗਸ ਦੇ ਉੱਤੇ ਇਹ ਸਾਡੀ ਭਾਰੀ ਕਮਿਟਮੈਂਟ ਹੈ, ਐਂਡ ਵੀ ਹੈਵ ਟੂ, ਆਈ ਐਮ ਨੋਟ ਸੇਇੰਗ ਬਾਈ ਨੇਮ ਕਿ ਅਸੀਂ ਫਲਾਂ ਫਲਾਂ ਨੂੰ ਚੁੱਕਣਾ, ਅਸੀਂ ਵੱਡੇ ਡਰੱਗ ਮਾਫੀਆ ਨੂੰ ਜਦ ਤਾਈਂ ਨੱਥ ਨਹੀਂ ਪਾਵਾਂਗੇ, ਉਦੋਂ ਦੇ ਪੰਜਾਬ ਦੇ ਵਿੱਚ ਨਸ਼ੇ ਨਹੀਂ ਬੰਦ ਹੋ ਸਕਦੇ। ਇਸੇ ਸੀਕੁਐਂਸ 'ਚ ਇੱਕ ਗੱਲ ਆ ਜਾਂਦੀ ਹੈ ਖਹਿਰਾ ਸਾਹਿਬ, ਕਿ ਪੰਜਾਬ ਕਾਫੀ ਉਲਝਿਆ ਹੋਇਆ, ਹਾਂਜੀ, ਕਰਪਸ਼ਨ 'ਚ ਵੀ ਬਹੁਤ ਉਲਝਿਆ ਹੋਇਆ, ਅਤੇ ਦੂਜੇ ਪਾਸੇ ਗੁੰਡਾਗਰਦੀ 'ਚ ਬਹੁਤ ਹੋਇਆ ਹੋਇਆ। ਤੁਸੀਂ ਦੇਖੋ ਜਿਹੜੇ ਸੱਤਾਧਾਰੀ ਪਾਰਟੀ ਦੇ ਮਨਿਸਟਰ ਨੇ, MLA ਨੇ, ਉਹਨਾਂ ਕੋਲ ਪਹਿਲਾਂ ਕੀ ਸੀ ਅਤੇ ਬਾਅਦ ਦੇ ਵਿੱਚ ਉਹ ਇੱਕਦਮ ਕਿੰਨੇ ਕਰੋੜਪਤੀ ਹੋਏ ਆ। ਬਿਲਕੁਲ, ਤੁਹਾਡੀ ਸਰਕਾਰ ਆਉਣ 'ਤੇ ਕਾਫੀ ਕਮਿਟਮੈਂਟ ਮੈਂ ਸਰਕਾਰ ਦੀਆਂ ਮੈਨੀਫੈਸਟੋ 'ਚ ਦੇਖ ਰਿਹਾ। ਬਿਲਕੁਲ, ਤੁਸੀਂ ਇਹਨੂੰ ਕਿਵੇਂ ਚੈੱਕ ਕਰੋਗੇ ਅਤੇ ਕਿਵੇਂ ਕਢਾਓਗੇ? ਕਾਫੀ ਪੈਸਾ ਆਇਆ ਪੰਜਾਬ ਦਾ ਜਿਹੜਾ ਲੀਡਰਾਂ ਦੀ ਪੋਕਿਟ ਦੇ ਵਿੱਚ ਡਾਇਰੈਕਟਲੀ ਔਰ ਇਨਡਾਇਰੈਕਟਲੀ ਹੈਗਾ, ਇਹਨੂੰ ਤੁਸੀਂ ਕਿਵੇਂ ਹੈਂਡਲ? ਬਹੁਤ ਹੀ ਇੰਪੋਰਟੈਂਟ ਸਵਾਲ ਚੁੱਕਿਆ। ਹੁਣ ਭ੍ਰਿਸ਼ਟਾਚਾਰ ਨਾ ਸਿਰਫ ਪੰਜਾਬ ਬਲਕਿ ਸਾਰੇ ਸਾਡੇ ਇੰਡੀਆ ਦੀ, ਜੇ ਮੈਂ ਕਹਿ ਦਿਆਂ, ਸਭ ਤੋਂ ਵੱਡਾ ਕੋੜ, ਕੈਂਸਰ ਜਾਂ ਇਹ ਰੋਗ ਚਿੰਬੜਿਆ ਸਾਡੇ ਇਸ, ਔਰ ਜਿਸ ਕਰਕੇ ਸਾਡਾ ਦੇਸ਼ ਅਤੇ ਸਾਡਾ ਪੰਜਾਬ ਤਰੱਕੀ, ਪੰਜਾਬ 'ਚ ਮੈਂ ਜ਼ਿਆਦਾ ਫੋਕਸ ਕਰਾਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ 10 ਸਾਲਾਂ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਅੱਜ ਤੱਕ ਕਿਸੇ ਵੱਡੇ ਭ੍ਰਿਸ਼ਟ ਬੰਦੇ ਨੂੰ ਨਹੀਂ ਫੜਿਆ। ਅੱਜ ਤੁਸੀਂ ਦੇਖੋਗੇ ਚੌਕਸੀ ਵਿਭਾਗ ਜਿਹੜਾ, ਵਿਜੀਲੈਂਸ ਬਿਊਰੋ ਪੰਜਾਬ ਦੀ,
वो हर दसवें पंद्रहवें दिन एक दो एफ आई आर दर्ज करता, कभी पटवारी नूं फड़ लैंदा 9000 रुपये लई, कभी किसी थाने के मुंशी नूं फड़ लैंदे ने, कभी किसी बिजली बोर्ड के जूनियर इंजीनियर नूं 10-12 हज़ार की रिश्वत खोरी सिर्फ खाना पूर्ति कर रहे हैं, जबकि इन्हां दे अपने मिनिस्टर समेत वड्डा बादल का परिवार सारिया बसों का व्यापार हाईजैक कर लिया सुखबीर ने, ट्रांसपोर्ट सारा मीडिया पी टी सी चैनल हाईजैक कर लिया बादल के टब्बर ने, उन्हां दे 7-स्टार 2 होटल गुड़गावां में, तीसरा पल्लनपुर पिंड सिसवां के लागे न्यू चंडीगढ़ बन रहा, इस तों अलावा रियल एस्टेट के व्यापार में, शराब के थोक के व्यापार में इन्नी वड्डी करप्शन की इस फैमिली ने बादल के टब्बर ने, लेकिन उन्होंने अज तक किसी ने पूछा नहीं गा। उन्होंने वजीर ने जो देखा कि जोड़ा हैड ही करप्ट है, तो मिनिस्टर ने अलग लुटना शुरू करता, तोता सिंह ने सारे जिन्हें किसानों के कीड़े मार दवाइया नकली लिया के उत्थे वड्डिया मल्टीनैशनल कंपनीज नाल दलाली चो पैसे खाधे करोड़ों, मलूके ने गरीब बच्चों दीआं सरकारी किताबों चो पैसे खाधे, रणीके ने बॉर्डर एरिया का फंड खा लिया, हर मिनिस्टर हर एम एल ए इन्हों का पंजाब का अज पंजाब नूं लुट रहा, और एम एल ए जिहड़ा जिन्हां दे कोल कोई होर महकमा नहीं सीगा, एम एल एआं नूं बादल ने अधिकार दिता कि तुसीं अपने इलाके के अफसरों तो पैसे ले चलो, हर एम एल ए दे कोल 4 पुलिस स्टेशन ने, 4 थानेदारों तो पैसे लेंदे ने, 1 DSP DSP तो पैसे लेंदे ने, तहसीलदार 2 लगे होने हर असैम्बली कॉन्स्टिटुएंसी, तहसीलदारों तो पैसे लेंदे ने, बिजली बोर्ड के SDOs के एक्सचेंज तो पैसे लेंदे ने, एम एल ए उत्थे लुट्टी जांदे ने, मंत्री अपने महकमे च लुट्टी जांदे, बादल दा टब्बर सारे पंजाब साहब नूं इस गल दा पता बिल्कुल, उन्हां दी मर्जी नाल हो रहा सारा कुछ, वरना तुहाडा की ख्याल है कि जे चौकसी विभाग कले पटवारियों की रिश्वतखोरी दिस रही उन्होंने वड्डे पैमाने पर रिश्वतखोरी, हुण इहदा हल की है, मैं कहना चाहना कि यह बहुत ईजीली करप्शन बहुत वड्डे पैमाने पर कंट्रोल की जा सकती, वो सिर्फ जिहड़ा साडा नंबर एक आदमी बने अरविंद केजरीवाल टाइप माइंड सैट कि मैं किसी को स्पेयर नहीं करना, और फिर गल नशा वांगू आ गई कि जब तक असी भ्रिष्टाचार के दोषियों को उत्तों फड़ांगे, क्योंकि भ्रिष्टाचार इस कंट्री में उत्तों शुरू हो रहा थले, जे बादल ने फैसला कर लिया कि सारिया बसा मैं हाईजैक कर लेना ट्रेड, तो वो कौन उन्होंने विजिलेंस ब्यूरो कि फड़ सकती, इसलिए एग्जाम्पल सैट करना पवेगा, जिदा अरविंद केजरीवाल ने दिल्ली में अपने मिनिस्टर के खिलाफ एक्शन लिया, 6 लाख रुपए की रिश्वतखोरी की कोई ऑडियो वो स्टिंग आया से उन्हें एक्शन ले लिया, अगर पंजाब का चीफ मिनिस्टर फैसला कर ले कि मैं ना आप पैसा खाना, ना अपने मंत्रियों के MLA खाण देना, ना किसी अफसर को खाण देना, और जिहड़ा खावे विजिलेंस ब्यूरो उस नूं खुल देवे चीफ मिनिस्टर के साढ़े मिनिस्टर के भी अख रख, साढ़े DC के SSP भी रख, जिदन वड्डा कोई एक दो कांट अंग दिते, चाहे DC कोई SSP कोई मिनिस्टर कोई MLA, असी अपने एडमिनिस्ट्रेशन चो जो किसी आदमी के खिलाफ परचा दर्ज करता, इन्ना वड्डा स्ट्रोंग मैसेज थले पटवारियों तक तो थले कलर्कां ते थाणियां तक जाऊगा कि ये सरकार ते ये चीफ मिनिस्टर 0 टॉलरेंस है भ्रिष्टाचार नूं, इत्थे हुंदिआं भ्रिष्टाचार ना करो, 70-80% भ्रिष्टाचार तो तुहाडे एक ठोस सुनेहे नाल कंट्रोल किया जा सकदा। खैर साहब, शायद मैं क्वेश्चन रिपीट करा, आप खुंझ गए उतों कि जिहड़े पुराना सपोज करो अपनी आम आदमी पार्टी सत्ता दे विच आउंदी है, ये आपां अनाउंस कर दिता कि भ्रिष्टाचार खत्म कर देना, तो पंजाब नूं 2 लाख करोड़ दे करीब उतो भी वध दा करजा डायरैक्टली और इनडायरैक्टली हैगा, चाहे आपां उन्हूं लख करोड़ कह लईए, पर कुल मिला के कुल मिला के डायरैक्टली 2 लख करोड़ तो उत्ते है, तो वह जिहड़ा खा के पंजाब दे मिनिस्टर ने जां लीडर ने खादा होया सत्ताधारी पार्टी ने, उन्हूं मैं कढ़ाउण दी गल कीती सी कि कंसर्न ने लोक जिहड़ा करप्शन हुंदा ना जी, दैट इज़ अनदर मैटर, करप्शन जिदा मैं कहा कि तोता सिंह ने दवाइया कीड़े मार चो खा ले, रणीके ने बॉर्डर एरिया फंड खा लिया, बिक्रम मजीठिया ने अपने रेवन्यू डिपार्टमेंट चो पैसे खा ले, बादलों ने ट्रांसपोर्ट दूजा तीजा फायदा ले लिया, जिहड़ा कर्जा स्टेट ते है उहदे होर कारण ने बहुत वड्डे कर्जा, मैं अपने सारे सत्कारयोग पंजाबियों नूं दसना चाहुंदा कि 1985 तक पंजाब जिहड़ा रेवन्यू सरपलस स्टेट सी, मतलब साढ़े खजाने में पैसा फालतू पिया सीगा, पिछले 3 दहाके जो हालात खराब होए, इत्थे राष्ट्रपति राज लग्या, अफसरां ने बहुत पंजाब के खजाने नूं खोरा लाया, और वधदा वधदा कर्जा अज पंजाब च, मैं सारयां दी जानकारी लई दसना चाहुंदा कि इस वरे दी जिहड़ा बजटरी एनुअल फाइनैंशियल स्टेटमेंट आई आ 2016 दी, उहदे हिसाब नाल 1,38,000 करोड़ रुपया सरकार दे उत्ते कर्जा सीगा, उस तों अलावा जिहड़े साडे कोल 66 कारपोरेशन ते बोर्ड्स ने, मार्कफेड, पंसप, पनग्रेन, पंजाब एग्रो, ये 66 कारपोरेशन के बोर्ड का गरंटर भी पंजाब सरकार जिहड़ा कर्जा चुकया 86,000 करोड़ रुपया वह आ, सो 1,38,000 प्लस 86,000 2.25 लाख करोड़ रुपया कर्जा एक है पंजाब के उत्ते, इस तों अलावा हुण पिछे जे जिहड़ा इन्हां ने अनाज घोटाला होया पंजाब दे विच,
उन्हों लुकाउण लई उहदे ते पर्दा पाउण लई 31,000 करोड़ रुपया इस सरकार ने जांदे जांदे कर्जा होर ऐड करता साढ़े उत्ते। सो मेरा मनना वा, मेरा मनना ने, मेरिया फिगर्स करैक्ट ने कि अज पंजाब 2.5 लाख करोड़ रुपए का कर्जा ही आ। कर्जा ही करप्शन करके भी है, माड़िया नीतियां करके है, जो पैसा लुटाया जा रहा वा, जो बर्बादी की जा रही है, ये एक इशू आ। लेकिन जरा तुम क्या करप्शन तो उन्होंने जड़िया उन्होंने को पैसा कढ़ाया जाएगा, मैं समझदा कि पंजाब दे विच और इंडिया सारे कानून ने कि जे कोई करप्शन में फड़िया जाता तो वो जायदाद को कुर्क किया जा सकता। जिदा बादलों ने जो ये पता लग गया कि इन्होंने ट्रांसपोर्ट को हाईजैक किया, पंजाब के रूल्स को वायलेट किया, सरकारी बस प्रणाली को खोरा लाया, अगर असी चाहवांगे पंजाब सरकार असी इन्हों 300-400 बसा फोरफीट कर सकते हैं। दैट इज़ हाउ टू गैट द पब्लिक मनी बैक इन टू द पब्लिक एक्सचेक। असी होप कर सकते हैं कि जिहड़ियां गल्लां तुसीं कह रहे हो कि प्रैक्टिकली ये होणगियां। एक 3.5 किलिया वाला मिनिस्टर अज 350-400 किले तो उत्ते जमीन जदा चार थावां ते बनाई बैठा किसी मासी दे मुंडे दे नाते किसी की, असी होप कर सकते हैं सारा कुछ हो सकता जी, एवरीथिंग इज पॉसिबल। सारे मिनिस्टर्स सारे जिहड़े ताकतवर लोग सीगे इन्हां दीआं इन्हां दीआं असी अगर आम आदमी पार्टी की गवर्नमेंट बनने पर वी कैन फॉर्म ए कमिशन ऑफ इनकुआरी इन टू करप्शन। वो कमिशन ऑफ इनकुआरी असी हाई कोर्ट के रिटायर्ड या सिटिंग जज का बना सकते हैं। कितने साल पिछे लेके जाओगे तुसी? अगर गवर्नमेंट वचनबद्ध हो मेरा ख्याल है कि ये वड्डे ताकतवर जो 40-50 आदमी जिन्होंने पंजाब को लुटिया वा इन्होंने इनकुआरी के इन्हों के खिलाफ तो कार्रवाई सारी। पंजाब का कर्जा कोई बड़ा वड्डा नहीं, 6 महीनों वो तो वह एक साल में सारा कुछ कंकलूड किया जा सकता वा। तो अज हर वर्ग तंग है, खास करके किसान, ये आपे तो सोशल मीडिया बहुत स्लो है, साढ़े तो इन्ना क फास्ट है 4G के असी मिनटों मिनट तुम इतने पाने हो तो असी फोनों चिमड़े होंने, टीवी तो शायद साढ़े कामकारा तो नहीं होंगे। अभी सारी चीज़ तुहाडियां फॉलो करते हैं, जिन्हें भी तुम वधिया लीडर हो, अज की पाया अज की पाया, तड़के उठ के लोग अखबार पढ़ते हैं, असं तुहाडियां पोस्टां देखते हैं, तो वोद तो असं कॉन्फिडेंस के भी आ रहे हैं कि पंजाब दे विच होप एक जागी है नवी। जे कित यह होप मिस हो गई, सपोज करो पहलियां पार्टियां भी आईया बड़े बड़े वादे लैके आईया होर होया है ना, तो जे ये होप भी मिस आने लग गई ये मिसिंग के कारण मैं तां दस रहा तुहानू कि बड़ी वधिया लीडरशिप सी आम आदमी पार्टी की जो स्टार्ट हुई है, हौली हौली किसी का जाली डिग्री कपड़ा, किसी का फिर आ लास्ट जे दिल्ली के एक मिनिस्टर का सैक्स स्कैंडल टेप आ गई, तो इन चीज़ों तो फिर थोड़ा जहा बंदा पिछे हट के सोचता भी यार क्लीन बंदे ले सी, ते ए जिन्हां नू क्लीन कहिंदे सी ए काफ़ी हद तक मतलब जनता नू ना खुश कर गए। इस नू आपां दो हिस्सों च मैं वंडना चाहुंदा वा। एक हिस्सा तो हैगा जिन्हों आपां कहिंदे कि बदलाखोरी की राजनीति चल रही अरविंद केजरीवाल के खिलाफ मोदी की सरकार वालों, वो इन्हां नू इन्हां दे MLA इन्हां दे मिनिस्टरां दे खिलाफ बहुत बुरे तरीके दे नाल पे हुए ने और उन्हें विक्टिमाइज किया जा रहा वा। इतने मैं तुम्हें पॉज करूँगा, मैं अगे चल रहा एक मिनट। दूसरा हिस्सा है, दूसरा हिस्सा कि कुछ साढ़े आदमी जिदा वो संदीप कुमार मिनिस्टर से जरा सैक्स स्कैंडल फड़िया गया, या एक वो मिनिस्टर जो 6 लाख रुपये रिश्वत मांग रहा है, एक जाली डिग्री वाला, या जो कोई हाँ जिन्हें जेडे जेडे जिहड़े आप कैरेक्टर दे माड़े सी या किरदार चंगा नहीं सी या करप्ट सीगे उन्हां दे खिलाफ अरविंद केजरीवाल इज क्वाइट क्विक टू टेक एक्शन। संदीप कुमार नूं 1/2 घंटे च कढ़ता, वो जिहड़ा पहला मिनिस्टर सीगा उसनूं आप ही ड्रॉप करके CBI नूं जांच देती। लेकिन दूसरा वर्ग समझण दी कोशिश करो कि इंडिया इज़ नॉट UK फ्रांस जर्मनी इटली, नाइदर इट इज़ अमेरिका और कैनेडा जिथे बहुत बेहतरीन पोलिटिकल म्यार ने। इत्थे जिहदी सरकार बन जाती है वह पहला अपने विरोधियों को तुनदा वा। पंजाब दे विच की होया, मेरे ते 6 झूठे मुकदमे बनाए हुए ने बादल की सरकार ने, मेरे ते एक मुकदमा जिहड़ा वा वह ट्रक की 6,000 रुपये की तरपाल चोरी का वा, तो जे लीगली देखोगे तो मैं गुनाहगार हाँ, तो जे तुसी उन्हों निरपक्ष हक ना देखोगे तो इट बिकम्स ए केस ऑफ पोलीटिकल विंडेटा। वो भी गल सही है। तो जो असी ये गल्लां करदे आ फिर असी यह भी सोचते हाँ कि जे फ्यूचर च इदां दी गल होगी, खास करके पंजाब दे विच जे फ्यूचर च इदां दी गल होगी उहदे वास्ते तुहाडा की फॉर्मूला, तुसीं किदां कंट्रोल? नहीं, अगर साडे आदमी कोई गलत पाए जाणगे तां वी विल, यार्ड स्टिक सेम है। सुच्चा सिंह छोटेपुर पावां साडा कन्वीनर सीगा, उहनां दे इल्जाम पैसिआं दा लग्गिआ तां अरविंद केजरीवाल ने अपने प्रधान नूं हटाता, किहड़ी पोलीटिकल पार्टी ने अपना प्रधान हटाया अज तक? सो जिथे जिथे साडा
नैतिक तौर पर साढ़े आदमी गलत ने उन्होंने उत्ते असी एक्शन आप खुद ले लेने जिते हम बदलाखोरी हो रही है उत्थे सानू अपने बंदे नू बचाउणा भी पैंदा जी। खैरा साहब गल्लां तां बहुत सीगियां करन वालियां पर समा मेरा ख्याल है कि सानू इजाजत नहीं दिंदा आपां नू ब्रेक लैनी पऊगी पर बड़ियां इंट्रस्टिंग गल्लां जिहड़ियां बाहर दे लोग खास करके NRI पंजाब दे तां मेरा ज़्यादा है नहीं क्योंकि 20-22 साल मैं उस फील्ड च ही रहा तो पुछना चाहते हैं पर ब्रेक तो बाद दोस्तों खैरा साहब अजे इत्थे ही ने इन्हां तों जिहड़े तुहाडे दित्ते हुए सवाल ने वो इन्हां तों पुछणगे तो बड़ी निडरता नाल ये जवाब भी दे रहे ने इन्हां तों होर इंट्रस्टिंग सवाल आपां इस ब्रेक तो बाद पुछांगे। तुसीं देखदे रहो पंजाबी जंक्शन। लो जी ब्रेक तो बाद एक बार फिर हाजिर हो गए प्रोग्राम पंजाबी चैनल ते अज साडे नाल ने जनाब सुखपाल खैरा साहब। सुखपाल खैरा साहब ब्रेक तो बाद एक बार फिर तुहाडा स्वागत। बड़े फ्लो दे विच तुसीं जदों बोलदे हुंदे हो ना तुहानूं सानूं सुणन दा स्वाद बहुत आउंदा इस करके कई क्वेश्चन जी पुछदे पुछदे विच ही छुपा जांदे आ क्योंकि जे असीं वेट करिए तां तुहाडी उसे गल्लबात चों साडे अगले क्वेश्चन भी पूरे हो जांदे इस करके असीं तुहानूं डिस्टर्ब नहीं करना चाहुंदे। इक साडे NRI वीर पंजाब दे जिहड़े ट्रैफिक सिस्टम ने खास करके इंडिया दे पर साडा कंसर्न ज़्यादा पंजाब नाल रहिंदा उहदे तो बड़े डरदे आ उहनां दा इह कहिणा है कि जदों दिल्लीओं निकलदे आं उसे वेले जे अखां बंद करके सीट ते ना बैठीए तां घरे आउंदे तक हार्ट अटैक हो सकदा कि इन्नी रोंग ड्राइविंग ते जे तुहाडे कोले अंकड़े होणगे तां पंजाब दे विच डैथ रेट है जिहड़ा इक साल दा कई हज़ारां च मैं दस्सदा इह तुसीं इन्ना बहुत हुण इह लोकां दा इशू आ हांजी जिहड़ा कि पिछले किसी पंजाब की सरकार ने सारिया सरकार ने अखों परोखे किया हो ताकतवर आदमी बादल मिनिस्टर अमरिंदर सिंह ये आप तो सारे सिक्योरिटिया के नाल गड्डिया मोटर के नाल सड़कों महफूज लंघ जाते हैं जां फिर उतों दी लंघ हैलीकॉप्टर लंघ जाते हैं लेकिन पंजाब के लोग तुसी अंकड़े पूछे से मैं दसना चाहना अपने सारे सत्कारयोग व्यूअर्स नूं कि पंजाब च हर वरे 5000 आदमी पंजाब दियां सड़कां ते एक्सीडेंटां करके मारिया जाता और इन्ना ही लगभग पक्के तौर पर अंगहीन हो जाता अज तक किसी पार्टी ने ये इशू ही नहीं बनाया और मैं जो 5 साल MLA से 2007 तो लेके 12 तक मैं हर सैशन में कोशिश की कि घट्टो घट ये मसला यहोजा जिहड़ा किसी पार्टी ना तुलक नहीं रखता अपने सारे पोलीटिकल बंदियां दे भी नेड़े दे सज्जन भैन भरा माँ प्यो एक्सीडेंटा मारे गए घट्टो घट इसका सुधार कर लो किसी ने अज तक इस अटेंशन नहीं की और मैं समझदा कि बहुत लोड़ है आम आदमी पार्टी इस पर अवश्य फोकस करेगी और असी असी अपनी ट्रैफिक नू रेगुलेट करांगे असी जिहड़े नियम ठीक करांगे तां कि ये बेगुनाह जिहड़ियां जानां जा रहियां ने वह बचाईयां जा पूरा पूरा परिवार इहदे च मारिया जांदा। अज दियां अखबारां च शायद मेरा ख्याल है गिद्दड़बाहे तो रिपोर्ट हुई कि 5 व्यक्ति एक पशु वज्जण दे नाल कार दे विच उहनां दी सारे परिवार दे 5 व्यक्तियां दी मौत हो गई आ और ये करना कोई औखा नहींगा जिहड़े लोग मैनू पंजाब च आण के देखते चाखते जिदा तुसीं कहा NRIs डरते हैं उन्होंने तो बहुत डर लगता क्योंकि जिहड़े सिविलाइज्ड डिवेलप्ड कंट्रीज़ ने उत्थे ट्रैफिक की फ्लो कितनी ऑर्गेनाइज्ड है और कितना कानून का लोग पालना करते कानून तो डरते भी ने। पंजाब दे विच हर आदमी कानून नूं पहला छिक्के ते टंगदा क्योंकि हर आदमी समझदा कि मैनू कौन रोकण वाला वा मेरी फलाने मिनिस्टर दे नाल लिंक आ मेरा फलाने MLA दे नाल लिंक आ। यही पंजाब दे लोग जदों चंडीगढ़ वड़दे ने चंडीगढ़ आउण लगे ये अपना सारे बेल्टा ठीक कर लेंदे ने स्पीड ठीक कर लेंदे ने शराब बंद कर देंदे ने लाइटा ठीक कर लेंदे ने क्योंकि उन्होंने पता कि चंडीगढ़ दे विच अगर पंजाब अगर चंडीगढ़ पुलिस ने फड़ लिया सानू किसी ने छड़ना नहीं इहदा मतलब यह होया कि पंजाब दे विच कानून दे नाम की चीज़ कोई नहीं सड़कां दे उत्ते इसलिए असी साडी गवर्नमेंट बनन ते असी 6 महीने पहला लोगों नू मोटीवेट करांगे कि अपनी अपनी लेन में चलना इन्नी स्पीड ते चलना बेल्टा ला के चलना ड्रंक ड्राइविंग नहीं करनी 6 महीने पहला लोगों नू मोटीवेट करांगे पब्लिसिटी के थ्रू और टेलीविजन चैनल अखबारों के थ्रू 6 महीने तो बाद फिर सानू इफेक्टिव कदम चुकने पैणगे तां कि असी इस ट्रैफिक नू रेगुलेट कर सकीए ऑर्गेनाइज कर सकीए सारे शहरां दे विच ट्रैफिक जैम हुई हुई है किसी ने ध्यान ही नहीं किया और शुगल की गल ये आ
कि पंजाब ने एक पिछे जे सुप्रीम कोर्ट में एफिडेविट फाइल किया, वो सारे कंट्री की सिक्योरिटी को लेकर एक केस चल रहा सुप्रीम कोर्ट के, उत्थे पता लग्या कि पंजाब च सिक्योरिटी प्रोवाइड करने लई ताकतवर परिवारों नू 20,000 पुलिस वाला लगभग 600-700 VIPs नू प्रोटेक्ट करन ते लाया होया वा। लेकिन 3.25 करोड़ आबादी ने जिहड़ियां सड़कां ते चलना उत्थे सिर्फ 1800 ट्रैफिक पुलिस दा आदमी तैनात है। और जिहड़ी साडी पुलिस PAP विच असी सरप्लस बटालियनस और जिहड़ियां IRB दीआं बटालियनस जिहड़ियां सरकारां आम तौर ते लोगों नू कुट्टण वास्ते लियांदे, जदों कोई लोग अपनियां टीचर्स मुजहरा करते हैं अपनी मंगा रखते उन्होंने कुटन लिए तो पुलिस हैगी है, लेकिन साड़िया सड़कों के उत्ते उन्होंने डिफेंड करने वास्ते पुलिस नहीं। ये सारी जी एक्सट्रा पुलिस फोर्स जिहड़ियां बैरिक्स में बैठी आ, इनू 6 महीने लिया के लोगों को ट्रेन करके और असी करांगे। और ट्रैफिक बहुत इंपोर्टेंट इशू आ। पिछे जे मुहावा पिंड है अटारी दे विच, तुसी उदन पढ़िया होना कि 9 बच्चे स्कूल बस दे, एक स्कूल बस दियां ना ब्रेकां ना लाइटां, मैं उत्थे जाके भी आया मौके ते, वो बच्चे बचाए जा सकते सी अगर साडी ट्रैफिक, जे बाहरली कंट्रीज़ ट्रैफिक रेगुलेट कर सकदी जिथे ट्रैफिक का प्रेशर बहुत ज़्यादा साढ़े नालों, सारे यूरोप विच कैनेडा अमेरिका दे विच, वाई वी कैन नॉट डू इट। मेरा यह मनना कि अज तक किसी ने सोचा ही नहीं गा, बादलों ने अमरिंदर सिंह ने, यह एरिया यह इशू उन्होंने एजेंडे पर ही नहीं गा, इसलिए आम आदमी पार्टी इस एजेंडे पर लेके आएगी और लोगों की बेगुनाह लोगों की जान बचावेगी। आई लिव इन लंडन खेरा साहब, तो जिथे तुहाडे तो 20 टाइम्स ज़्यादा ट्रैफिक, एबसोल्यूटली हाँ जी, तो पर असी जजमेंट ला सकते हैं कि जे 7 बजे तुरना असी इन्ने मिनट च पहुँच जाएंगे, जे असी 8 बजे तुरना इन्ने मिनट च, तो पंजाब दियां तां सड़कां लंडन दियां सड़कां नालों कितें वड्डियां ने ते खुल्लियां भी ने। ਇਹ ਰੂਲ ਐਂਡ ਰੈਗੂਲੇਸ਼ਨ ਦਾ ਹੀ ਫਰਕ ਹੈ ਜਿਹੜਾ ਨਹੀਂ ਹੋ ਸਕਦਾ, ਇਹ ਬੜਾ ਜ਼ਰੂਰੀ ਹੈ। ਕੋਸ਼ਿਸ਼ ਹੀ ਨਹੀਂ ਕੀਤੀ ਚਾਵੇ, ਹੈ ਨਾ, ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ ਨੇ ਕਿ ਇਹ ਵੀ ਸਾਡਾ, ਜਿੱਦਾਂ ਸਾਡੇ ਲਈ ਮੁੱਦੇ ਇੰਪੋਰਟੈਂਟ ਹੁੰਦੇ ਨੇ, ਜਿੱਦਾਂ ਐਜੂਕੇਸ਼ਨ ਇੰਪੋਰਟੈਂਟ ਆ, ਹੈਲਥ ਕੇਅਰ ਇੰਪੋਰਟੈਂਟ ਆ, ਲਾਅ ਐਂਡ ਆਰਡਰ ਇੰਪੋਰਟੈਂਟ ਆ, ਇੱਦਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਹਾਂ ਖੈਰਾ ਸਾਹਿਬ, ਇੱਕ ਗੱਲ ਹੋਰ ਵੱਡੀ ਹੈ, ਉਹ ਇਹ ਹੈ ਕਿ ਪੰਜਾਬ ਇੱਕ ਲੱਕੀ ਸਟੇਟ ਹੈ ਜਿਹਦੇ ਕੋਲ ਤੁਹਾਡੇ ਵਰਗੇ, मैं कह लूँगा तुहानू असी लीडर तो मानते हैं, तुहाडे अर्गे नॉलेजेबल पढ़े लिखे नौजवान लीडर ने जिहड़े निधड़क हो के किसी के भी तानाशाही के बराबर जां किसी भी जुल्म के टाकरे लिए हमेशा तैयार रहिंदे है। तो इहदे च आम आदमी पार्टी होर भी लक्की है, जिन्हां कोल साढ़े हिसाब नाल NRI दे जिहड़े बाहरले लोग सोचते हैं उन्हां दे हिसाब नाल, इक उन्हां कोल सुखपाल खहरा जिहड़ा बड़ा बड़ा फाइटर आ साढ़े हिसाब नाल, एक कमर संधु है जिन्हें बहुत बड़िया बड़िया इंस्टीट्यूशनज़ रन कीतियां, वो भी बड़िया इंटलैक्चुअल इंस्टीट्यूट जां पेपर प्रिंट मीडिया TV मीडिया उन्हां दा बड़ा तजर्बा है, पढ़े लिखे भी बहुत ने, ते एक लीडर मास दा बहुत वड्डा लीडर तुहाडा भगवंत मान आम आदमी पार्टी दा, जिन्हां ने लोगों के दिलों घर किया होया, तो फिर की कारण है कि आम आदमी पार्टी नूं लोग कहिंदे है कि इन्हां कोल CM दा कैंडीडेट है नहीं, एडे वड्डे वड्डे ते एक्सपीरियंस लीडर होंगे। ये तो सारा प्रचार जिहड़ा ना ये बादल दा ते कैप्टन अमरिंदर सिंह दा वा, ये लोगों नूं सिर्फ ऐ डरा रहे ने कि ये नवीं पार्टी उभरी है, इन्हां दे कोल तजर्बा कोई नहीं गा। मैं पुछना चाहुंदा वा बादल नूं पर सुखपाल खहरे दा तां लीडरशिप दा तजर्बा बहुत वड्डा, मैं अपने बारे मेरे तो बहुत बेहतरीन लीडर साडी पार्टी च, मेरे को तुसीं 3 नाम ले ने, ਸਾਡੇ ਕੋਲ ਹੋਰ ਬਹੁਤ ਅੱਛੇ ਲੀਡਰਸ ਨੇ, ਕੋਈ ਲੀਡਰਸ ਦੀ ਕਮੀ ਨਹੀਂ, ਲੇਕਿਨ ਇਹ ਜਿਹੜਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਲੋਕਾਂ ਨੇ ਚੂਜ਼ ਕੀਤੇ ਹੋਏ ਆ ਜੀ, ਨਾ ਇਹ ਅਸੀਂ ਨਹੀਂ ਕੀਤਾ, ਜਿਹੜਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਇਹ ਬੇਸਿਕਲੀ ਪੋਲੀਟੀਕਲੀ ਮੋਟੀਵੇਟਿਡ ਪ੍ਰੋਪਗੈਂਡਾ ਵਾ ਅਮਰਿੰਦਰ ਤੇ ਬਾਦਲ ਦਾ। ਔਰ ਇਹ ਕਹਿੰਦੇ ਨੇ ਕਿ ਤਜਰਬਾ ਹੈ ਨਹੀਂਗਾ, ਕੀ ਅਰਵਿੰਦ ਕੇਜਰੀਵਾਲ ਤਜਰਬੇ ਸਮੇਤ ਪੈਦਾ ਹੋਇਆ ਸੀਗਾ? ਅਰਵਿੰਦ ਕੇਜਰੀਵਾਲ ਇੱਕ ਉਹਦੇ ਕੋਲ ਕਿਸੇ ਤਰ੍ਹਾਂ ਪਹਿਲੀ ਵਾਰ MLA ਬਣਿਆ ਔਰ ਪਹਿਲੀ ਵਾਰ ਹੀ ਉਹ ਮੁੱਖ ਮੰਤਰੀ ਬਣ ਗਿਆ ਔਰ ਹੁਣ ਦਿੱਲੀ ਦੀ ਸਟੇਟ ਉਹ ਚਲਾ ਰਿਹਾ, ਜਿੰਨੀ ਕਾਬਲੀਅਤ ਨਾਲ, ਜਿੰਨੀ ਟਰਾਂਸਪੇਰੈਂਟ ਤਰੀਕੇ ਨਾਲ, ਜਿੰਨੀ ਅਕਾਊਂਟੇਬਲ ਤਰੀਕੇ ਨਾਲ ਦਿੱਲੀ ਦੀ ਗਵਰਨਮੈਂਟ ਚੱਲ ਰਹੀ ਹੈ, ਸ਼ਾਇਦ ਇੰਡੀਆ ਦੀ ਕਿਸੇ ਸਟੇਟ ਵਿੱਚ ਵੀ ਇੰਨੀ ਅਕਾਊਂਟੇਬਲ ਗਵਰਨਮੈਂਟ ਨਹੀਂ ਚੱਲ ਰਹੀ। ਫੋਰਚੂਨ ਮੈਗਜ਼ੀਨ ਵਰਲਡ ਦੀ ਟੌਪ ਦੀ ਮੈਗਜ਼ੀਨ ਹੈ, ਉਹਨਾਂ ਨੇ 50 ਆਦਮੀ ਪਾਵਰਫੁੱਲ ਯਾਨੀ ਕਿ ਲੋਕਪ੍ਰਿਯ ਆਦਮੀਆਂ ਦੇ ਨਾਮ ਚੁਣੇ, ਉਹਦੇ 'ਚ ਅਰਵਿੰਦ ਕੇਜਰੀਵਾਲ ਦਾ ਨਾਮ ਹੈ, ਉਹਦੇ 'ਚ ਬਾਦਲ ਦਾ ਨਾਮ ਹੈ ਨਹੀਂ, ਉਹਦੇ 'ਚ ਮੋਦੀ ਦਾ ਨਾਮ ਵੀ ਹੈ ਨਹੀਂਗਾ। ਸੋ ਦੇਅਰਫੋਰ ਜਿਹੜਾ ਇਹ ਪ੍ਰੋਪੇਗੈਂਡਾ ਕਿ ਇਹਨਾਂ ਕੋਲ ਚੀਫ ਮਿਨਿਸਟਰ ਦਾ ਕੈਂਡੀਡੇਟ, ਦੈਟ ਇਜ਼ ਐਬਸੋਲੂਟਲੀ ਫ੍ਰਿਵਲਸ। ਸਾਡੇ ਕੋਲ ਬੇਤਹਾਸ਼ਾ ਬਹੁਤ ਸਾਰੇ ਅੱਛੇ ਲੋਕ ਨੇ ਜਿਹੜੇ ਬਹੁਤ ਕਾਬਿਲ ਨੇ ਔਰ ਬਹੁਤ ਸਾਰੇ ਪੰਜਾਬ ਨੂੰ ਅੱਛੇ ਤਰੀਕੇ ਨਾਲ ਚਲਾ ਸਕਦੇ। ਤੁਹਾਨੂੰ ਕੌਣ ਲੱਗਦਾ ਕਿ CM ਦਾ ਕੈਂਡੀਡੇਟ? ਮੈਂ ਕਿਸੇ ਇੱਕ ਵਿਅਕਤੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਮੈਂ ਕਹਿਣਾ ਜ਼ਰੂਰ ਚਾਹੂੰਗਾ ਕਿ ਜਿਹਨੂੰ ਵੀ ਸਾਡੀ ਪਾਰਟੀ ਕੰਸੈਂਸਸ ਦੇ ਨਾਲ ਟੁਕਵੇਂ ਸਮੇਂ 'ਤੇ ਜਿਹੜੇ ਵੀ ਵਿਅਕਤੀ ਨੂੰ ਅੱਗੇ ਪ੍ਰੋਜੈਕਟ ਕਰੇਗੀ, ਅਸੀਂ ਸਾਰੇ ਰਲ ਮਿਲ ਕੇ ਉਹਦਾ ਸਾਥ ਦਿਆਂਗੇ। ਤੁਹਾਨੂੰ ਪਤਾ ਮੇਰੇ ਖਿਆਲ ਤੁਸੀਂ ਤਾਂ ਜਾਣਦੇ ਹੋ ਕਿਉਂਕਿ ਪੋਲੀਟਿਕਸ 'ਚ ਕਾਫੀ ਦੇਰ ਦੇ ਹੋ,
कि हमेशा इत्थे सरदारी चीफ मिनिस्टर रहा है, भावें वह कैप्टन अमरिंदर सिंह होण, भावें प्रकाश सिंह बादल होण, भावें दरबारा सिंह होण, किन्ने भी तुसीं ला लो, ते उहदे च ये तो असं उम्मीद रखते हैं कि कोई सरदारी कैंडीडेट होगा जां ये भी रीति बदलोगे। नहीं नहीं, ये भी प्रोपेगेंडा बादलों का अमरिंदर का साढ़े तो बहुत सीगा कि जी अरविंद केजरीवाल आप बनना चाहता जी, कोई गैर सिख पंजाब दे विच चीफ मिनिस्टर बनू, गैर पंजाबी बनूगा। उन्होंने तो कई बार अनाउंस नहीं, ये तो हुण अरविंद केजरीवाल आप कैटेगोरिकली क्लीयर कर चुके हैं, बहुत इंपोर्टेंट पोलीटिकल और सोशल फंक्शनस से अखबारों के फंक्शन से कह चुके हैं, पंजाब की वागडोर पंजाबी ही संभालेगा। और जे सिखा ने पंजाब दे विच राज भाग नहीं करना, अपने सूबे नूं लुक आफ्टर नहीं करना, कि फिर वो छत्तीसगढ़ जाके तो मणिपुर विच जाके तो ये राज भाग का जिहड़ा है कंट्रोल नहीं करनगे। इसलिए पंजाब दे विच यकीन रखन लोग कि इत्थे अवश्य सिख और पंजाबी चीफ मिनिस्टर बने। खैरा साहब, हुण थोड़ी इंडिविजुअल गल्लां तुहाडे बारे, जो भी एन आर आई सोचदे आ, जो दस्सिया इमानदारी नाल ही पुछूंगा, इमानदारी नाल ही तुसीं जवाब दिओ। वो कहिंदे आ कि खैरा एक मार्के का लीडर है पंजाब का, जोड़ा बहुत सोहनी स्टेटमेंट भी दिंदा, नाल दी नाल इशू नूं हाईलाइट कर दिंदा, असीं देख लैंदे आ, खुश भी हो जांदे आ, सारे लोग जानना भी चाहुंदे आ, पर टीम प्लेयर दी किते ना किते उहनां नूं कसर नज़र आउंदी है कि तुसीं फाइटर बहुत वड्डे सी पुरानी पार्टी कांग्रेस पार्टी च भी, ठीक है जी, हरेक इशू दे उत्ते डट के तुसीं बोले, तो उत्थे भी जिहड़ा टीम वर्क सी जां तुहाडे नाल कोई लग्या नहीं जां तुसीं नहीं उहनां नाल लगे, यही चीज़ लोकां नूं पिछले दो तीन महीने तो आम आदमी पार्टी दे विच खैरा च कोई नुक्स नहीं नज़र आ रहा, पर या तो तुहाडी पार्टी तुहाडे नाल कोप नहीं कर पा रही जां पार्टी नाल तुसीं कोप नहीं कर पाए। इस तरह की कोई गल नहीं, थोड़ा जिहा मैनूं ना ये कई वारी इदां लगदा कि वड्डे फंक्शनां ते अखबारां दीआं फोटोआं विच अरविंद केजरीवाल दे खब्बे सज्जे कई वारी मैं नहीं हुंदा, वो इस करके नहीं हुंदा क्योंकि मैं अपनी सैल्फ रिस्पैक्ट नूं सब तो उत्ते रख्या होया वा, मैं खुशामद विच बिलीव नहीं करदा, मैं कम च बिलीव यकीन करदा वा, मैं बहुत मगर मगर फिरन वाला बंदा नहीं हुंदा, मैं उत्थे ही हाँ, लेकिन जदों पिक्चर्स कलैक्ट हो रही बहुत सारे लोगों को आदत है कि विच सिर रड़ा के धक्का मुक्की करके दे वॉन्ट टू बी पार्ट ऑफ दैट पिक्चर। मैं माघी का साडा वड्डा इकट्ठ होया, आई वॉज वेरी मच प्रेजेंट देयर, मैं उत्थे बोलिया वा, उस तो बाद हुण बागे पुराने साडा किसान मैनीफेस्टो का इकट्ठ होया, मैं उत्थे बोलिया वा, साहबजादियां दी जोड़ मेला लगता सरहंद, मैं उत्थे बोलिया, नौजवानों की यूथ का मैनीफेस्टो अमृतसर रिलीज होया, मैं उत्थे बोलिया, लेकिन समटाइम्स आई मे नॉट बी इन द मच फोर फ्रंट क्योंकि मैं थोड़ा जा अपने आप नूं जिथे मैनू लगे कि मैनू कोई रिस्पेक्टेबल तरीके नाल नहीं बुलाया जा रहा, मैं आई अवॉयड इट। टीम प्लेयर की तुसीं गल कीती कांग्रेस की, कांग्रेस विच तां कोई मैं 19 साल कांग्रेस विच कल्ला लड़दा रहा वा, और मेरे तो जिदा पहला क्या कि 6 झूठे मुकदमे भी दर्ज किए, मेरे नाल सगों पार्टी नहीं सी खड़ी होंदी क्योंकि कैप्टन अमरिंदर सिंह, लाल सिंह, मिसिज पठल, बेअंत सिंह का परिवार, ये सारे ने एडजस्टमेंट हुई अकालियां नाल, किसी ने सिक्योरिटियां लेनिया, गनमैन लेने ने, किसी ने बसों के परमिट लेने से, किसी ने शूगर मिला बनाउणियां, साडे एमएलए कोल शूगर मिला ने कांग्रेस वालियां कोल, किसी ने शराब के ठेके लेने सीगे, सो ये सारे इलैक्शन के नेड़े आण के तो बाहर सारे आ जांदे, जिदा हुण कांग्रेसी सारे बाहर आए हुए ने, 10 साल तो लब्भा कोई नहीं गा, उदों तो कल्ला मैं ही लड़दा सी, सो वेयर वो हॉक हॉक वुड एक्ट लाइक ए टीम प्लेयर, टीम तो टीम प्लेयर तो उदों बनता जे बाकी की टीम भी मेरे नाल हुंदी, बाकी की टीम तो लुकी हुई सी, विधानसभा च डरदे सी, बोलदे नहीं सी बादलों के खिलाफ, सो इसलिए मैं बिल्कुल टीम का साथी हाँ, मैं अपनी पार्टी इस वाली भी पूरी टीम दे विच यकीन रखता, और जिन्हों भी साडी पार्टी नॉमीनेट करेगी असं पूरे नाल होके चलेंगे। पर पीपल लव योर नॉलेज, दे लव योर परसनैलिटी, दे लव द वे यू स्पीक ऑन द स्टेज, ठीक है जी, ते व्हाई डोंट दे मेक अ पार्ट ऑफ द टीम नाउ एज़ वेल, क्योंकि जिस तरह हुण देखो मैं एग्जाम्पल दिना कि भगवंत मान साहब आम आदमी पार्टी के बैनर के थले है ना किन्ने कट के दिखाया जाता है, उस क्राउड का पार्ट लोग चाहते हैं, तुम कद अपने कन्वीनर नाल जो भी कंट्रोलर ने पंजाब के उन्होंने कदे गल नहीं की कि जिस तरह थोड़े को वर्ल्ड वाइड। मेरा ख्याल है कि मैं अपने मूहों कहता चंगा नहीं लगता, अगर तुम्हें एक कमी महसूस हो रही तो तुम्हें कहना चाहिए सगो पार्टी को कि हाँ जी लैट सुखपाल ऑलसो भी खैरा पार्ट ऑफ द होल टोटल कैंपेन, वैसे मेरी पार्टी मैं बहुत अच्छी जिम्मेवारियां दे रही ने, आरटीआई विंग का मैं प्रेजिडेंट, पर साडे कोल काफी आंदे जांदे रहंदे हैं, अगर तुम तुसी कह रहे हो ना अगर ये गल असी तुहाडे बहुत दिग्गज नेता जिहड़े दिल्ली वाले ने उन्होंने ये गल पुछ चुके हैं, पर सानू जवाब गोलमोल मिलता है,
अगर ਤੁਹਾਨੂੰ ਇਹ ਲੱਗਦੀ ਕਮੀ ਤਾਂ ਆਈ ਥਿੰਕ ਪੀਪਲ ਆਰ ਫ੍ਰੀ ਟੂ ਅਪਰੋਚ ਆਵਰ ਪਾਰਟੀ ਹਾਈ ਕਮਾਂਡ ਦੇ ਸ਼ੁਡ ਬ੍ਰਿੰਗ ਇਟ ਨਹੀਂ ਅਸੀਂ ਅਪਰੋਚ ਕੀਤਾ ਜੋ ਜਿਸ ਤਰ੍ਹਾਂ ਮੈਂ ਤੁਹਾਨੂੰ ਅਪਰੋਚ ਕੀਤਾ ਮੈਂ ਲੰਡਨ ਚ ਵੀ ਤੁਹਾਡੇ ਬਹੁਤ ਵੱਡੇ ਨੇਤਾ ਨੂੰ ਜਿਹੜੇ ਬਹੁਤ ਪਹਿਲੇ ਦੋ ਤਿੰਨ ਨੇਤਾ ਚਾਹੁੰਦੇ ਆ ਠੀਕ ਹੈ ਜੀ ਇਹ ਪਰ ਉਹ ਗੱਲ ਗੋਲਮੋਲ ਕਰ ਦਿੰਦੇ ਆ ਇਹਦਾ ਕੋਈ ਸੋਲਿਡ ਜਵਾਬ ਨਹੀਂ ਦਿੰਦੇ ਕਿ ਇਹ ਤੁਹਾਡੇ ਤੋਂ ਤਾਂ ਹੀ ਮੰਗਦਾ ਕਿਸਾਨਾਂ ਦੇ ਮੇਨਲੀ ਇੱਕ ਧੰਦਾ ਜਿਹੜੀ ਖੇਤੀ ਆ ਉਹਦੇ ਨਾਲ ਰਿਲੇਟਡ ਦੋ ਧੰਦੇ ਹੋਰ ਨੇ ਠੀਕ ਹੈ ਕਿਸਾਨ ਸਭ ਤੋਂ ਜ਼ਿਆਦਾ ਦਬਿਆ ਹੋਇਆ ਇਸ ਵੇਲੇ ਪੰਜਾਬ ਚ ਮੇਨ ਮੁੱਦਾ ਪ੍ਰਿੰਸੀਪਲ ਮੁੱਦਾ ਬਿਲਕੁਲ ਜੀ ਖੇਤੀਬਾੜੀ ਮੇਨ ਧੰਦਾ ਹੈ ਉਹਦੇ ਨਾਲ ਲੱਗਦਾ ਚਾਰ ਮੱਝਾਂ ਰੱਖ ਲੈਂਦਾ ਡੇਰੀ ਫਾਰਮਿੰਗ ਫਿਰ ਪੋਲਟਰੀ ਦਾ ਜਾਂ ਫਿਸ਼ਰੀ ਦਾ ਜਿੱਥੇ ਕਿਤੇ ਵੀ ਨੀਮਾ ਖੇਤ ਹੋਇਆ ਤਾਂ ਉੱਥੇ ਪਾਲਿਆ ਤਿੰਨੇ ਬਹੁਤ ਵੱਡੇ ਘਾਟੇ ਦੇ ਵਿੱਚ ਜਾ ਰਹੇ ਦੁੱਧ ਤੁਹਾਨੂੰ ਬੋਤਲ ਪਾਣੀ ਦੀ ਹਜੇ ਉਸ ਹਿਸਾਬ ਨਾਲ ਮਹਿੰਗੀ ਮਿਲਦੀ ਹੈ ਦੁੱਧ 35 ਰੁਪਏ ਕਿਲੋ ਬਹੁਤ ਪਿਓਰ ਮਿਲ ਜਾਂਦਾ ਤੇ ਇੱਕ ਜੱਟ ਦੀ ਮੱਝ 5 ਕਿਲੋ ਖਲ ਖਾਂਦੀ ਹੈ 10 ਕਿਲੋ ਦੁੱਧ ਦੇਣ ਵਾਸਤੇ 15 ਕਿਲੋ ਬਾਕੀ ਦਾ ਉਹਦਾ ਜਿਹੜਾ ਖਰਚਾ ਆ ਮੱਝ ਤੇ ਰੱਖਣ ਦਾ ਲੇਬਰ ਹੋ ਰਿਹਾ ਉਹ ਦੁੱਧ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਹੈ ਕਿਉਂ ਤੁਸੀਂ ਕਿਵੇਂ ਸਮਝਾ ਮੈਂ ਪਹਿਲਾਂ ਸਮੁੱਚੇ ਖੇਤੀ ਦੀ ਗੱਲ ਐਕਸਪਲੇਨ ਕਰਦੇ ਹਾਂ ਕਿ ਪੰਜਾਬ 70% ਪੇਂਡੂ ਸਟੇਟ ਹੈ ਔਰ ਸਾਡੇ ਕੋਲ ਐਗਰੇਰੀਅਨ ਇਕਨੋਮੀ ਯਾਨੀ ਕਿ ਐਗਰੀਕਲਚਰ ਤੋਂ ਇਲਾਵਾ ਇੰਡਸਟਰੀ ਵਗੈਰਾ ਬਹੁਤ ਘੱਟ ਆ ਔਰ ਐਗਰੀਕਲਚਰ ਤੇ ਖੇਤੀ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਸਾਡੇ ਕਿਸਾਨਾਂ ਦੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਮੈਨੀਫੈਸਟੋ ਟੀਮ ਕਮਰ ਸੰਧੂ ਉਹਨਾਂ ਨੇ ਰਿਸਰਚ ਕੀਤੀ 1,03,000 ਕਰੋੜ ਰੁਪਏ ਦਾ ਕਰਜ਼ਾ ਹੀ ਪੰਜਾਬ ਦਾ ਕਿਸਾਨ ਸਾਰੇ ਇੰਡੀਆ 'ਚ ਕਿਸਾਨੀ ਡਾਊਨ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਆਪਣੀਆਂ ਫਸਲਾਂ ਦੀ ਆਪਣੀਆਂ ਕੀਮਤਾਂ ਠੀਕ ਨਹੀਂ ਮਿਲ ਰਹੀਆਂ ਜੇ ਮੈਂ ਛੋਟਾ ਜਿਹਾ ਉਦਾਹਰਣ ਦੇ ਰਿਹਾ ਜਿਹੜੇ ਲੋਕ ਪੁਰਾਣੇ ਸਾਡੇ ਦੇਖਦੇ ਹੋਣਗੇ ਮੈਂ ਆਪਣੇ ਪਿੰਡ ਦੇ ਸਭ ਤੋਂ ਸਾਡੇ ਜਿਹੜੇ ਬਜ਼ੁਰਗ ਸਾਡੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ 1971 ਵਿੱਚ ਜਿਹੜਾ ਪ੍ਰਾਈਸ ਇੰਡੈਕਸ ਦੀ ਤੁਲਨਾ ਕਰਨਾ ਚਾਹੁੰਦਾ ਤੁਹਾਨੂੰ ਕਿ ਇਨਫਲੇਸ਼ਨ ਅਤੇ ਪ੍ਰਾਈਸ ਇੰਡੈਕਸ ਕਿਸ ਤਰ੍ਹਾਂ ਮੂਵ ਕਰਦਾ ਵਾ 1971 ਦੇ ਵਿੱਚ ਇੱਕ ਤੋਲਾ ਸੋਨੇ ਦਾ ਜਿਹੜਾ ਸੀਗਾ ਉਹ 220 ਰੁਪਈਏ ਦਾ ਸੀਗਾ ਜੀ ਔਰ ਇੱਕ ਕੁਇੰਟਲ ਕਣਕ ਦੀ ਜਿਹੜੀ ਸੀ ਉਹ 80 ਰੁਪਈਏ ਕੁਇੰਟਲ ਸੀ ਯਾਨੀ ਕਿ 3 ਕੁਇੰਟਲ ਕਣਕ ਵੇਚ ਕੇ 1971 'ਚ ਇੱਕ ਤੋਲਾ ਸੋਨਾ ਆ ਜਾਂਦਾ ਸੀਗਾ ਰੀਜ਼ਨੇਬਲ ਅਸੀਂ ਮਹਿੰਗਾਈ ਨੂੰ ਟੈਕਲ ਕਰਦੇ ਸੀਗੇ ਲੇਕਿਨ 45 ਸਾਲ ਡਾਊਨ ਦਾ ਲਾਈਨ ਅੱਜ ਦੀ ਡੇਟ ਵਿੱਚ ਇੱਕ ਤੋਲਾ ਸੋਨੇ ਦਾ 30,000 ਰੁਪਈਏ ਦਾ ਵਾ ਅਤੇ 1500 ਨੂੰ ਕੁਇੰਟਲ ਕਣਕ ਹੈ ਯਾਨੀ ਕਿ 20 ਕੁਇੰਟਲ ਕਣਕ ਵਿਕਦੀ ਆ ਤਾਂ ਇੱਕ ਤੋਲਾ ਸੋਨੇ ਦਾ ਆਉਂਦਾ ਸੋ ਪੰਜਾਬ ਦੀ ਅਤੇ ਇੰਡੀਆ ਦੀ ਖੇਤੀ ਨੂੰ ਬਹੁਤ ਬੁਰੀ ਤਰ੍ਹਾਂ ਨਕਾਰ ਅਤੇ ਖੋਰਾ ਲਾਇਆ ਗਿਆ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਸਾਰੀਆਂ ਬਣੀਆਂ ਇਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੀਆਂ ਅਡਾਨੀਆਂ ਅੰਬਾਨੀਆਂ ਬਿਰਲੇ ਟਾਟਿਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਇੱਥੇ ਕਿਸਾਨੀ ਨੂੰ ਕਦੀ ਕੀਤਾ ਨਹੀਂ ਨਜ਼ਰਅੰਦਾਜ਼ ਕੀਤਾ ਵਾ ਇਸ ਲਈ ਜਦ ਤਾਈਂ ਪੰਜਾਬ ਦੀ ਕਿਸਾਨੀ ਉੱਠੂਗੀ ਨਹੀਂ ਤਾਂ ਇੱਥੇ ਆਤਮ ਹੱਤਿਆ ਹੋ ਰਹੀਆਂ ਇੱਥੇ ਕਰਜ਼ਾ ਵੱਧ ਰਿਹਾ ਵਾ ਮਾਯੂਸੀ ਆ ਨਸ਼ੇ ਵੀ ਜਿਹੜੇ ਨੇ ਪੰਜਾਬ 'ਚ ਉਹ ਬੇਸਿਕਲੀ ਪਿੰਡਾਂ ਦੇ ਵਿੱਚ ਖੇਤੀ ਫੇਲ ਹੋਣ ਦੇ ਕਰਕੇ ਪਰੇਸ਼ਾਨੀ ਕਰ ਨੌਕਰੀਆਂ ਨਹੀਂ ਮਿਲਦੀਆਂ ਅੱਜ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ 7,000 ਸਿਪਾਹੀ ਦੀ ਪੋਸਟ ਨਿਕਲੀ ਸੀ ਪਿੱਛੇ 'ਚ ਸਿਪਾਹੀ ਸਭ ਤੋਂ ਛੋਟੀ ਪੋਸਟ ਹੈ ਪੁਲਿਸ ਕੌਂਸਟੇਬਲ ਦੀ ਪੰਜਾਬ 'ਚ ਔਰ 7,000 ਪੁਲਿਸ ਕੌਂਸਟੇਬਲ ਵਾਸਤੇ 7,00,000 ਬੰਦਿਆਂ ਨੇ ਨੌਜਵਾਨਾਂ ਨੇ ਅਪਲਾਈ ਕੀਤਾ ਹੁਣ ਤੁਸੀਂ ਅੰਦਾਜ਼ਾ ਲਾ ਲਓ 7,000 ਨੂੰ ਨੌਕਰੀ ਮਿਲਣੀ ਆ ਤੇ 6,93,000 ਨੇ ਸਿਰ ਸੁੱਟ ਕੇ ਮਾਯੂਸ ਹੋ ਕੇ ਆਪਣੇ ਘਰਾਂ ਨੂੰ ਜਾਣਾ ਤੇ ਨਸ਼ੇ ਨਹੀਂ ਕਰਨਗੇ ਤੇ ਆਤਮ ਹੱਤਿਆ ਨਹੀਂ ਕਰਨਗੇ ਤੇ ਕੀ ਕਰਨਗੇ ਲਾਸਟ ਸਵਾਲ ਕਿ ਪਿੱਛੇ ਜੇ ਇੱਕ ਡਰਾਮਾ ਹੋਇਆ ਸਾਨੂੰ ਤਾਂ ਡਰਾਮਾ ਲੱਗਿਆ ਹੁਣ ਤੁਸੀਂ ਉਹਦੀ ਰਿਐਲਿਟੀ ਦੱਸਣੀ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਉਜੜਿਆ ਹੋਇਆ ਜਦੋਂ ਉਹਦੀ ਫਸਲ ਪੱਕੀ ਤਾਂ ਬਾਰਡਰ ਦੇ ਲਾਗਿਓਂ 10-10 ਕਿਲੋਮੀਟਰ ਪੰਜਾਬ ਦਾ ਏਰੀਆ ਖਾਲੀ ਕਰਾਇਆ ਗਿਆ ਹੁਣ ਤਾਂ ਕਾਫੀ ਦੇਰ ਹੋ ਗਈ ਐਨਾਲਾਈਜ਼ ਹੋਣ ਨੂੰ ਤੁਸੀਂ ਵੀ ਐਨਾਲਾਈਜ਼ ਕੀਤਾ ਹੋਊਗਾ ਤੁਹਾਡੀ ਪਾਰਟੀ ਨੇ ਇਹਦਾ ਕੀ ਕਾਰਨ ਹੈ ਐਡਾ ਮੂਰਖਤਾਈ ਵਾਲਾ ਕਦਮ ਸੀਗਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਇਲੈਕਸ਼ਨ ਨੂੰ ਪੋਸਟਪੋਨ ਕਰਨ ਦੇ ਮੱਦੇਨਜ਼ਰ ਰੱਖਦਿਆਂ ਇਹ ਹਦਾਇਤ ਦਿੱਤੀ ਕਿ ਬਾਰਡਰ ਏਰੀਆਜ਼ ਨੂੰ 10 ਕਿਲੋਮੀਟਰ ਖਾਲੀ ਕਰਾ ਲਓ ਜਿਹੜਾ ਕਸ਼ਮੀਰ ਦੇ ਕਰਕੇ ਝਗੜਾ ਹੋ ਰਿਹਾ ਜਿਹੜਾ ਉੜੀ ਦੇ ਵਿੱਚ ਅਟੈਕ ਹੋਇਆ ਜੋ ਕਸ਼ਮੀਰ ਦੇ ਕਰਕੇ ਪਾਕਿਸਤਾਨ ਅਤੇ ਇੰਡੀਆ ਦੇ ਰਿਲੇਸ਼ਨਸ ਖਰਾਬ ਹੋਏ ਕਸ਼ਮੀਰ ਅਤੇ ਜੰਮੂ ਦੇ ਬਾਰਡਰ ਤੋਂ ਤਾਂ ਲੋਕਾਂ ਦੀ ਇਵੈਕੂਏਸ਼ਨ ਕਰਾਈ ਨਹੀਂ ਨਾ ਰਾਜਸਥਾਨ 'ਚੋਂ ਕਰਾਈ ਨਾ ਗੁਜਰਾਤ 'ਚੋਂ ਕਰਾਈ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਚੁੱਕ ਕੇ 10 ਕਿਲੋਮੀਟਰ ਇੱਧਰ ਕਰਤਾ ਇਹਦੇ 'ਚ ਕੀ ਬੈਨੀਫਿਟ ਸੀ ਮੈਨੂੰ ਤਾਂ ਸਮਝ ਨਹੀਂ ਆਈ ਕਿ ਮੈਨੂੰ ਲੱਗਦਾ ਸੀਗਾ ਉਸ ਵਕਤ ਅਸੀਂ ਇਹ ਸੋਚ ਰਹੇ ਸੀਗੇ ਕਿ ਇਹ ਸਾਰੀ ਲੜਾਈ ਦਾ ਵਾਤਾਵਰਨ ਪੈਦਾ ਕਰਕੇ ਮੋਦੀ ਦੀ ਸਰਕਾਰ ਇਹ ਕਿਤੇ ਨਾ ਕਿਤੇ ਪੰਜਾਬ ਦੀਆਂ ਚੋਣਾਂ ਨੂੰ ਪੋਸਟਪੋਨ ਤਾਂ ਨਹੀਂ ਕਰਾਉਣਾ ਚਾਹੁੰਦੇ ਸਾਡੇ ਮਨ ਵਿੱਚ ਇਹ ਖਦਸ਼ਾ ਆਇਆ ਸੀਗਾ ਨਹੀਂ ਪਰ ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਇਹ ਤੁਹਾਡੇ ਮੂੰਹੋਂ ਅਸੀਂ ਇਹ ਜਵਾਬ ਸੁਣਨਾ ਚਾਹੁੰਦੇ ਸੀ ਇਹ ਮੈਂ ਸਮਝਦਾ ਕਿ ਇਟ ਵਾਸ ਇਹ ਕੰਪਲੀਟਲੀ ਐਬਸੋਲਿਊਟਲੀ ਫੁਲਿਸ਼ ਆਈਡੀਆ ਲੋਕਾਂ ਨੂੰ ਇਵੈਕੂਏਟ ਕਰਾਉਣ ਦਾ ਅਤੇ 10 ਔਰ ਫਿਰ ਕੋਈ ਉਹਨਾਂ ਦੇ ਵਾਸਤੇ ਕੈਂਪ ਨਹੀਂ ਲਾਏ ਗਏ ਕੋਈ ਰਾਸ਼ਨ ਪਾਣੀ ਰੋਟੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਉਹਨਾਂ ਦਾ ਰਹਿਣ ਸਹਿਣ ਵਾਸਤੇ ਪ੍ਰਬੰਧ ਨਹੀਂ ਕੀਤਾ ਗਿਆ ਲੱਖਾਂ ਕਿਸਾਨਾਂ ਨੂੰ ਉਠਾ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਆਏ ਵਿਚਾਰੇ
उन्हां रिश्तेदारां दे घरां चों जाके अपने घरां विच वापस चले गए। मैं इसनूं तां एक केवल मूर्खता ही भरिया कदम या कोई इन्हां दे मन विच सियासत तों प्रेरित कोई गल होवेगी ये बादल ते मोदी दस सकदे ने। टाइम देण लई खैरा साहब तुहाडा बहुत बहुत शुक्रिया। वेलकम जी। क्योंकि असी नवें सी ਤੁਹਾਡੇ ਨਾਲ ਕੰਟੈਕਟ ਵੀ ਹੈ ਨਹੀਂ ਸੀ, ਪਰ ਜੋ ਵੀ ਲਿਸਟ 'ਚ ਬੰਦੇ ਹੁੰਦੇ ਆ ਉਹ ਫਿਰ ਐਜ਼ ਏ ਚੈਨਲ ਦੀ ਡਿਊਟੀ ਹੋਣ ਕਰਕੇ ਕਰਨਾ ਪੈਂਦਾ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਡੀਲ ਕੀਤਾ, ਬਹੁਤ ਵਧੀਆ ਸਾਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਕਾਲ ਚੈਨਲ ਵੱਲੋਂ, ਖਾਸ ਕਰਕੇ ਮੇਜਰ ਸੰਧੂ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੰਧੂ ਸਾਹਿਬ ਐਂਡ ਸਾਰੇ ਅਕਾਲ ਚੈਨਲ ਦਾ ਔਰ ਸਾਰੇ ਸਤਿਕਾਰਯੋਗ NRI ਭਰਾਵਾਂ ਦਾ, ਭੈਣਾਂ ਦਾ ਮੈਂ ਬਹੁਤ ਰਿਣੀ ਔਰ ਤੁਹਾਨੂੰ ਮੈਂ ਅਪੀਲ ਕਰੂੰਗਾ ਐਂਡ ਵਿੱਚ ਕਿ 2017 ਬਹੁਤ ਕੀਮਤੀ ਇੱਕ ਸਮਾਂ ਆ ਰਿਹਾ ਔਰ ਤੁਸੀਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ 50 ਲੱਖ ਲੋਕ ਜਿਹੜੇ ਬਿਹਤਰੀਨ ਮੁਲਕਾਂ ਵਿੱਚ ਅੱਛੇ ਡਿਵੈਲਪਡ ਕੰਟਰੀਜ਼ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹੋ, ਤੁਸੀਂ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸਮਝ ਗਏ। ਪੰਜਾਬ ਦੇ ਲੋਕਾਂ ਨੂੰ, ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਸਮਝਾਓ ਕਿ ਵਿਕਾਸ 4 ਗਲੀਆਂ ਅਤੇ 3 ਨਾਲੀਆਂ ਬਣਾਉਣ ਦਾ ਨਾਮ ਵਿਕਾਸ ਨਹੀਂ ਹੁੰਦਾ। ਵਿਕਾਸ ਜੋ ਕੈਨੇਡਾ, ਅਮੈਰੀਕਾ, ਯੂਰਪ ਦੇ ਵਿੱਚ ਓਲਡ ਏਜ ਪੈਨਸ਼ਨ, ਐਜੂਕੇਸ਼ਨ, ਫਰੀ ਹੈਲਥ ਕੇਅਰ, ਇੰਪਲੋਇਮੈਂਟ ਔਰ ਅੱਛੀ ਇਨਵਾਇਰਮੈਂਟ, ਸਾਫ਼ ਸੁਥਰਾ ਆਬੋ ਹਵਾ, ਉਸ ਨੂੰ ਵਿਕਾਸ ਕੀਤਾ ਜਾਂਦਾ। ਤੁਹਾਡੇ ਤੋਂ ਸਾਨੂੰ ਬਹੁਤ ਬਹੁਤ ਉਮੀਦ ਆ। ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਅਕਾਲ ਟੈਲੀਵਿਜ਼ਨ ਚੈਨਲ ਦਾ ਸ਼ੁਕਰੀਆ, ਸਾਰੇ ਸਤਿਕਾਰਯੋਗ ਵਿਊਜ਼ ਦਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸੀਗੇ ਸਾਡੇ ਪੰਜਾਬ ਦੇ ਬਹੁਤ ਹੀ ਨੌਜਵਾਨ ਪੜ੍ਹੇ ਲਿਖੇ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ, ਮੁਰਲੇ ਨੇਤਾ ਦੀ ਕਤਾਰ ਦੇ ਵਿੱਚ ਨੇ। ਇਸੇ ਤਰ੍ਹਾਂ ਤੁਹਾਡੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਨੇਤਾ ਦੀ ਤੁਹਾਡੇ ਨਾਲ ਜਾਣ ਪਛਾਣ, ਉਹਨਾਂ ਦੇ ਦਿਲ ਦੀਆਂ ਗੱਲਾਂ NRI ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਦਿਓ ਇਜਾਜ਼ਤ, ਅਗਲੇ ਮੰਗਲਵਾਰ ਫਿਰ ਮਿਲਦੇ ਹਾਂ। ਮੇਜਰ ਸਿੰਘ ਸੰਧੂ ਵੱਲੋਂ ਸਤਿ ਸ਼੍ਰੀ ਅਕਾਲ।